ਜਸ ਟੀਵੀ ਦੇਖ ਰਹੇ ਤੁਸੀਂ, ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫੌਜ ਦੇ ਵਿੱਚੋਂ ਆਏ ਆ, ਇਤਿਹਾਸਕਾਰ ਨੇ, ਉਹ ਚੰਗੀ ਤਰ੍ਹਾਂ ਇਤਿਹਾਸ ਨੂੰ ਸਮਝਦੇ ਆ ਅਤੇ ਸਿਆਸਤਦਾਨ ਬਹੁਤ ਵੱਡੇ ਆ। ਮੁੱਖ ਮੰਤਰੀ ਦੂਜੀ ਵਾਰ ਬਣੇ ਆ, ਪਰ ਇਸ ਸਭ ਦੇ ਵਿਚਾਲੇ ਕੈਪਟਨ ਸਾਹਿਬ ਕ੍ਰਿਕਟ ਵੀ ਖੇਡਦੇ ਰਹੇ ਆ। ਕੈਪਟਨ ਸਾਹਿਬ ਕ੍ਰਿਕਟ ਖੇਡਦੇ ਸੀਗੇ ਸਭ ਤੋਂ ਉੱਚੀ ਪਿੱਚ 'ਤੇ, ਅਤੇ ਉੱਚੀ ਪਿੱਚ 'ਤੇ ਕ੍ਰਿਕਟ ਖੇਡਣ ਤੋਂ ਬਾਅਦ ਉਹਨਾਂ ਦਾ ਵਾਸਤਾ ਜਿਹੜਾ, ਉਹਨਾਂ ਦਾ ਵਾਹ ਹੈ ਜਿਹੜਾ, ਉਹ ਪਲੇਅਰਸ ਨਾਲ ਪੈ ਗਿਆ। ਉਹ ਪਲੇਅਰਸ ਜਿਹੜੇ ਅਸਲੀ ਗਰਾਊਂਡ ਵਿੱਚੋਂ ਇੱਥੋਂ ਤੱਕ ਪਹੁੰਚੇ ਆ, ਨਵਜੋਤ ਸਿੰਘ ਸਿੱਧੂ। ਨਵਜੋਤ ਸਿੰਘ ਸਿੱਧੂ ਨੇ ਬਹੁਤ ਲੰਬੀ ਪਾਰੀ ਖੇਲੀ ਕ੍ਰਿਕਟ ਦੇ ਵਿੱਚ, ਅਤੇ ਨਵਜੋਤ ਸਿੰਘ ਸਿੱਧੂ ਦੇ ਲੰਬੇ ਲੰਬੇ ਛੱਕਿਆਂ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ, ਪਰ ਸਿਆਸੀ ਪਿੱਚ 'ਤੇ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਛੱਕੇ ਮਾਰੇ ਆ, ਉਹ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਹੁਤ ਜ਼ਿਆਦਾ ਆਵਾਜ਼ ਆਈ ਉਹਨਾਂ ਦੀ। ਪਰ ਕੈਪਟਨ ਅਮਰਿੰਦਰ ਸਿੰਘ ਨੂੰ ਫਿਲਹਾਲ ਤਾਂ ਕੋਈ ਫਰਕ ਪੈਂਦਾ ਨਜ਼ਰ ਨਹੀਂ ਆ ਰਿਹਾ ਸੀ। ਉਸ ਤੋਂ ਬਾਅਦ ਇੱਕ ਹੋਰ ਪਲੇਅਰ ਆ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਵਿੱਚ, ਉਹ ਨੇ ਪ੍ਰਗਟ ਸਿੰਘ, ਸਾਬਕਾ ਹਾਕੀ ਓਲੰਪੀਅਨ, ਸਾਬਕਾ ਹਾਕੀ ਕਪਤਾਨ, ਪਦਮ ਸ਼੍ਰੀ ਪ੍ਰਗਟ ਸਿੰਘ। ਪ੍ਰਗਟ ਸਿੰਘ ਹਰਾਂ ਦਾ ਤਜਰਬਾ ਇਹ ਕਹਿੰਦਾ ਕਿ ਉਹ ਪੁਲਿਸ ਵਿੱਚ ਵੀ ਰਹੇ ਆ ਅਤੇ ਕੈਪਟਨ ਸਾਹਿਬ ਫੌਜ ਵਿੱਚ ਰਹੇ ਆ। ਕੈਪਟਨ ਸਾਹਿਬ ਵੀ ਖੇਡਦੇ ਰਹੇ ਆ ਅਤੇ ਪ੍ਰਗਟ ਸਿੰਘ ਵੀ ਖੇਡਦੇ ਰਹੇ ਆ, ਬਹੁਤ ਲੰਬੀ ਹਾਕੀ ਉਹਨਾਂ ਨੇ ਖੇਡੀ ਹੈਗੀ ਆ। ਪ੍ਰਗਟ ਸਿੰਘ ਨੇ ਜਿਹੜੇ ਸਵਾਲ ਹੁਣ ਪੁੱਛ ਦਿੱਤੇ ਆ, ਪਰ ਪ੍ਰਗਟ ਸਿੰਘ ਬੋਲਣ ਨਾਲ ਉਹ ਜ਼ਿਆਦਾ ਲਿਖਣ ਵਿੱਚ ਵਿਸ਼ਵਾਸ ਰੱਖਦੇ ਆ। ਪ੍ਰਗਟ ਸਿੰਘ ਨੇ ਇਹ ਸਵਾਲ ਪਹਿਲੀ ਵਾਰ ਨਹੀਂ ਕੀਤੇ, ਇਸ ਤੋਂ ਪਹਿਲਾਂ ਵੀ ਉਹ ਸਵਾਲ ਕਰਦੇ ਰਹੇ ਆ, ਪਰ ਜਿਹੜੀ ਉਹਨਾਂ ਚਿੱਠੀ ਲਿਖੀ ਸੀ, ਚਿੱਠੀ ਲੀਕ ਹੋ ਗਈ ਜਾਂ ਲੀਕ ਕਰਵਾਈ ਗਈ, ਇਹ ਸਵਾਲ ਨਹੀਂ ਹੈਗਾ। ਪਰ ਸਵਾਲ ਇਹ ਹੈਗਾ ਕਿ ਪ੍ਰਗਟ ਸਿੰਘ, ਪਹਿਲਾਂ ਨਵਜੋਤ ਸਿੰਘ ਸਿੱਧੂ, ਹੁਣ ਪ੍ਰਗਟ ਸਿੰਘ, ਅਤੇ ਇਹਨਾਂ ਦੇ ਵਿਰੋਧ ਦੇ ਵਿਚਾਲੇ ਹਾਈ ਕਮਾਨ ਕੀ ਕਰ ਰਹੀ ਆ, ਜਿਹਨੂੰ ਅਸੀਂ ਟੀਮ ਮੈਨੇਜਮੈਂਟ ਕਹਿੰਦੇ ਹਾਂ ਖਿਡਾਰੀਆਂ ਦੀ ਭਾਸ਼ਾ ਦੇ ਵਿੱਚ। ਟੀਮ ਮੈਨੇਜਮੈਂਟ ਕੀ ਕਰ ਰਹੀ ਹੈ, ਇਸ ਸਭ ਦੇ ਵਿਚਾਲੇ ਜਿਹੜੀ ਇੱਥੋਂ ਦੀ ਮੈਨੇਜਮੈਂਟ ਆ ਉਹ ਕੀ ਕਰਦੀ ਪਈ ਹੈਗੀ ਹੈ, ਕਾਂਗਰਸ ਦੀ ਮੈਨੇਜਮੈਂਟ। ਸਵਾਲ ਇੱਕੋ ਹੀ ਪੁੱਛਿਆ ਜਾਵੇਗਾ, ਕਿਤੇ ਕੈਪਟਨ ਖਿਲਾਫ਼ ਕੋਈ ਫੀਲਡਿੰਗ ਤਾਂ ਨਹੀਂ ਸਜਾਈ ਜਾ ਰਹੀ? ਕੈਪਟਨ ਖਿਲਾਫ਼ ਕਿਹੜੀ ਫੀਲਡਿੰਗ? ਕੈਪਟਨ ਦੀ ਕਾਰਗੁਜ਼ਾਰੀ ਅੱਜ ਬਹਿਸ ਕਿਉਂ ਕਰ ਰਿਹਾ ਤੁਹਾਨੂੰ ਦੱਸ ਦਈਏ ਫਟਾਫਟ। ਪੰਜਾਬ ਸਰਕਾਰ ਦੇ ਅਧੂਰੇ ਵਾਅਦਿਆਂ 'ਤੇ ਵਿਰੋਧੀ ਸੁਰਾਂ ਹੋਰ ਤੇਜ਼ ਹੋ ਗਈਆਂ ਨੇ। ਵਿਰੋਧੀਆਂ ਨਾਲ ਆਪਣਿਆਂ ਦੀ ਸੂਚੀ ਵਿੱਚ ਪ੍ਰਗਟ ਸਿੰਘ ਦਾ ਨਾਮ ਵੀ ਜੁੜ ਗਿਆ। ਪ੍ਰਗਟ ਸਿੰਘ ਹਰਾਂ ਨੇ ਇੱਕ ਚਿੱਠੀ ਲਿਖੀ ਹੈ, ਕਾਂਗਰਸ ਵਿਧਾਇਕ ਪ੍ਰਗਟ ਸਿੰਘ ਜਲੰਧਰ ਛਾਉਣੀ ਤੋਂ ਨੇ ਮੁੱਖ ਮੰਤਰੀ ਨੂੰ 24 ਦਸੰਬਰ 2019 ਨੂੰ ਚਿੱਠੀ ਲਿਖੀ ਹੈ, ਅਤੇ ਉਸ ਤੋਂ ਬਾਅਦ ਹੁਣ ਰਿਮਾਈਂਡਰ ਪਾਇਆ ਅਤੇ ਰਿਮਾਈਂਡਰ ਜਿਹੜਾ ਬਾਹਰ ਆ ਚੁੱਕਿਆ ਸਾਰਾ ਕੋਲ। ਚਿੱਠੀ ਜ਼ਰੀਏ ਨਸ਼ਾ, ਰੇਤਾ, ਟਰਾਂਸਪੋਰਟ ਸਣੇ ਮਾਫੀਆ ਰਾਜ 'ਤੇ ਸਵਾਲ ਚੁੱਕੇ ਗਏ ਆ। ਇਹ ਸਵਾਲ ਪਿਛਲੀ ਸਰਕਾਰ ਨਾਲ ਜੁੜੇ ਹੋਏ ਨੇ ਬਹੁਤੇ। 2 ਮਹੀਨੇ ਪੁਰਾਣੀ ਹੈ ਚਿੱਠੀ, ਸਹੀ ਸਮੇਂ 'ਤੇ ਬੋਲਾਂਗਾ ਸਾਰਾ ਕੁਝ, ਪ੍ਰਗਟ ਸਿੰਘ ਇਹ ਵੀ ਕਹਿ ਰਹੇ ਆ। ਪ੍ਰਗਟ ਸਿੰਘ ਕਹਿੰਦੇ ਮੈਂ ਜ਼ਿਆਦਾ ਵੋਕਲ ਨਹੀਂ ਹੈਗਾ, ਪਰ ਸਹੀ ਸਮੇਂ 'ਤੇ ਸਭ ਕੁਝ ਦੱਸ ਦੇਵਾਂਗਾ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਸਾਰੇ ਮੀਡੀਆ ਨੇ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਾਖੜ ਸਾਹਿਬ ਮੀਡੀਆ ਤੋਂ ਬਚਦੇ ਨਜ਼ਰ ਆਏ ਅਤੇ ਜਲਦੀ ਚਲੇ ਗਏ। 2 ਫੰਕਸ਼ਨਾਂ ਦੇ ਵਿੱਚ ਉਹ ਗਏ ਸੀਗੇ ਜਿੱਥੇ ਮੀਡੀਆ ਉਹਨਾਂ ਦੇ ਪਿੱਛੇ ਪਿੱਛੇ ਸੀਗਾ, ਪਰ ਉਹਨਾਂ ਨੇ ਕੋਈ ਜਵਾਬ ਦਿੱਤਾ। ਕੁਝ ਕਾਂਗਰਸੀ ਆਗੂਆਂ ਨੇ ਦਵੀ ਜਵਾਨ ਵਿੱਚ ਪ੍ਰਗਟ ਸਿੰਘ ਦੀ ਹਮਾਇਤ ਕਰ ਦਿੱਤੀ ਹੈ, ਉਹ ਕਹਿੰਦੇ ਪ੍ਰਗਟ ਸਿੰਘ ਜੋ ਕਹਿ ਰਿਹਾ ਸਹੀ ਕਹਿ ਰਿਹਾ। ਇਹ ਕੁਝ ਕਾਂਗਰਸੀ ਆਗੂ ਆ, ਤੁਹਾਨੂੰ ਵੀ ਪਤਾ ਉਹ ਕਿਹੜੇ ਆਗੂ ਹੈਗੇ ਆ, ਉਹ ਹਮਾਇਤ ਕਰ ਰਿਹਾ। ਸਿਆਸੀ ਵਿਰੋਧੀਆਂ ਨੇ ਕਹਿ ਦਿੱਤਾ ਕਿ ਕਾਂਗਰਸ 'ਚ ਕੈਪਟਨ ਖਿਲਾਫ਼ ਬਗਾਵਤ ਸ਼ੁਰੂ ਹੋ ਚੁੱਕੀ ਹੈ। 2 ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, 2 ਤਸਵੀਰਾਂ ਨਾਲ ਆਗਾਜ਼ ਕਰਾਂਗੇ ਇਸ ਡਿਬੇਟ ਦਾ। ਪ੍ਰਗਟ ਸਿੰਘ ਦੀਆਂ 2 ਚਿੱਠੀਆਂ ਇਹ ਹੈਗੀਆਂ, ਇੱਕ ਪ੍ਰਕਾਸ਼ ਸਿੰਘ ਬਾਦਲ ਹਰਾਂ ਦੇ ਵੇਲੇ ਦੀ ਹੈ, ਅਤੇ ਇੱਕ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਦੀ ਹੈ। ਬਾਦਲ ਸਾਹਿਬ ਨੂੰ ਚਿੱਠੀ ਲਿਖੀ ਸੀ, ਉਹਦੇ ਵਿੱਚ ਵਜ੍ਹਾ ਮੁਅਤਲੀ ਦੀ ਪੁੱਛੀ ਗਈ ਸੀ ਕਿ ਮੁਅਤਲੀ ਬਾਰੇ ਮੈਨੂੰ ਕੁਛ ਨਹੀਂ ਪਤਾ ਹੈਗਾ, ਪਰ ਉਹਦੇ ਵਿੱਚ ਵੀ ਇੱਕ ਮੁੱਦਾ ਵਿਕਾਸ ਦਾ ਸੀ। ਜਲੰਧਰ ਨਗਰ ਨਿਗਮ 'ਤੇ ਸਵਾਲ ਉੱਠੇ ਸੀਗੇ ਭ੍ਰਿਸ਼ਟਾਚਾਰ 'ਤੇ, ਉਹ ਸਾਰਾ ਕੁਝ ਦੱਸਿਆ ਗਿਆ ਸੀਗਾ। ਪ੍ਰਗਟ ਸਿੰਘ ਹਰਾਂ ਨੂੰ ਉਦੋਂ ਵੀ ਇੱਕ ਅਹੁਦਾ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ, ਪ੍ਰਗਟ ਸਿੰਘ ਹਰਾਂ ਨੇ ਭਰੀ ਸਭਾ ਦੇ ਵਿੱਚ ਨਾਂਹ ਕਰ ਦਿੱਤੀ ਸੀਗੀ। ਇਹ ਚਿੱਠੀ ਦਾ ਇਹਦੇ ਨਾਲ ਕੀ ਤਲੁੱਕ ਹੈਗਾ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਰ ਸਵਾਲ ਇਹ ਹੈਗਾ, ਪ੍ਰਗਟ ਸਿੰਘ ਨੇ ਹੁਣ ਜਿਹੜੀ ਚਿੱਠੀ ਲਿਖੀ ਹੈ 24/12/2019 ਨੂੰ ਕੈਪਟਨ ਅਮਰਿੰਦਰ ਸਿੰਘ ਹਰਾਂ ਨੂੰ ਚਿੱਠੀ ਲਿਖੀ ਹੈ, ਇਹ ਪਹਿਲੀ ਚਿੱਠੀ ਹੈ। ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਉਦੋਂ ਚਿੱਠੀ ਲਿਖੀ 5/8/2016 ਨੂੰ, ਇਹ 24/12/2019 ਦੀ ਚਿੱਠੀ ਹੈ। ਦੋਨਾਂ ਚਿੱਠੀਆਂ ਦੇ ਵਿੱਚ ਇੱਕ ਚੀਜ਼ ਬਿਲਕੁਲ ਕਾਮਨ ਹੈਗੀ ਆ, ਉਹ ਕਾਮਨ ਹੈਗੀ ਆ ਲੋਕਾਂ ਦੀ ਆਵਾਜ਼, ਜਨਤਾ ਦੀ ਆਵਾਜ਼, ਉਸ ਦਾ ਜ਼ਿਕਰ ਪ੍ਰਗਟ ਸਿੰਘ ਕਰਦੇ ਨਹੀਂ ਭੁੱਲਦੇ। ਪ੍ਰਗਟ ਸਿੰਘ ਹਰੀ ਕੀ ਕਹਿ ਰਿਹਾ ਅਤੇ ਸਿਆਸਤ ਕੀ ਕਹਿ ਰਹੀ ਹੈ, ਪਹਿਲਾਂ ਉਹ ਵੀ ਸੁਣ ਲਈਏ। ਦੇਖੋ, ਕਾਂਗਰਸ ਦੇ MLA ਲਗਾਤਾਰ ਖੁੱਲ੍ਹ ਕੇ ਬੋਲਣੇ ਸ਼ੁਰੂ ਹੋ ਗਏ, ਕਿਉਂਕਿ ਉਹਨਾਂ ਨੂੰ ਲੱਗਣ ਲੱਗ ਗਿਆ ਕਿ ਜਿਹੜਾ ਝੂਠ ਅਸੀਂ ਪੰਜਾਬ ਦੀ ਜਨਤਾ ਨਾਲ ਬੋਲ ਕੇ ਆਏ ਹਾਂ, ਹੁਣ ਸਾਨੂੰ ਲੋਕਾਂ ਦੇ ਪਿੰਡਾਂ ਦੇ ਵਿੱਚ ਨਹੀਂ ਵੜਦੇ। ਜਿਹੜੇ ਘਰ ਘਰ ਨੌਕਰੀਆਂ ਦੇ ਵਾਅਦੇ ਸੀ, 90,000 ਕਰੋੜ ਕਰਜ਼ਾ ਮਾਫੀ ਦਾ ਵਾਅਦਾ ਸੀ, ਮੋਬਾਈਲ ਫੋਨਾਂ ਦੇ ਵਾਅਦੇ ਸੀ, ਹੋਰ ਜਿਹੜੇ ਵੱਡੇ ਵਾਅਦੇ ਸੀ, ਹੁਣ ਜਦੋਂ MLA ਨੂੰ ਪਬਲਿਕ ਨੂੰ ਫੇਸ ਕਰਨਾ ਪੈਂਦਾ ਤਾਂ ਫਿਰ ਉਹ ਆਪਣਾ ਜਿਹੜਾ ਹੈਗਾ ਸੇਫ ਸਾਈਡ ਵਾਸਤੇ ਹੁਣ ਮੁੱਖ ਮੰਤਰੀ ਨੇ ਝੂਠ ਬੋਲਿਆ, ਮੁੱਖ ਮੰਤਰੀ ਦੀ ਜ਼ਿੰਮੇਵਾਰੀ ਪਾਉਣੀ ਚਾਹੁੰਦੇ। ਇਹ ਤਾਂ ਸੱਚ ਹੈ ਜੀ, ਹੁਣ ਲੋਕਾਂ ਨੇ ਤਾਂ MLA ਨੂੰ ਪੁੱਛਣਾ ਹੀ ਹੈ, ਖਾਸ ਕਰਕੇ ਸਰਕਾਰ ਵਾਲੇ। ਸਾਨੂੰ ਤਾਂ ਮਾਫੀ ਹੈ, ਸਾਨੂੰ ਤਾਂ ਲੋਕ ਕਹਿੰਦੇ ਵੀ ਆਪੋਜੀਸ਼ਨ 'ਚ ਹੈ, ਇਹ ਤਾਂ ਆਪਦਾ ਰੋਲ ਵਧੀਆ ਕਰੀ ਜਾਂਦੇ ਆ। ਅਸੀਂ ਤਾਂ ਆਪਦੀਆਂ ਗੱਲਾਂ ਨੂੰ ਉਠਾਈ ਜਾਂਦੇ ਨਾ, ਵੀ ਸਕੂਲ ਬੰਦ ਕਰਦੇ, ਤੁਸੀਂ ਹਸਪਤਾਲ ਬੰਦ ਕਰਦੇ, ਤੁਸੀਂ ਘਰ ਘਰ ਨੌਕਰੀ ਨਹੀਂ ਦਿੱਤੀ, ਤੁਸੀਂ ਕਿਸੇ ਨੂੰ 2500 ਪੈਨਸ਼ਨ ਨਹੀਂ ਦਿੱਤੀ, ਤੁਸੀਂ ਕਿਸੇ ਨੂੰ ਸ਼ਗਨ ਸਕੀਮ ਦਿੱਤੀ, ਇਹ ਤਾਂ ਕਰੀ ਜਾਂਦੇ। ਲੇਕਿਨ ਜਿਹੜੇ ਸਰਕਾਰ ਦੇ MLA, ਉਹਨਾਂ ਨੂੰ ਤਾਂ ਲੋਕ ਪੁੱਛਦੇ ਆ ਨਾ,
ਸੋ ਉਹ ਉਹਨਾਂ ਆਪਦਾ ਦਰਦ ਵਿਅਕਤ ਕਰਦੇ, ਠੀਕ ਹੈ ਸੱਚੀ ਗੱਲ ਹੈ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਸੁੱਤੇ ਨਹੀਂ ਰਹਿਣਾ ਚਾਹੀਦਾ, ਕਿਉਂਕਿ ਪੰਜਾਬ ਦੇ ਲੋਕ ਜਾਗ ਚੁੱਕੇ ਆ, ਨਹੀਂ ਤਾਂ ਫਿਰ ਝਾੜੂ ਮਾਰਨ ਨੂੰ ਤਿਆਰ ਹੈ 2022 'ਚ। ਪ੍ਰਗਟ ਸਿੰਘ ਸੀਨੀਅਰ ਕਾਂਗਰਸ ਲੀਡਰ, ਸੀਨੀਅਰ ਵਿਧਾਇਕ ਹੈਗਾ ਦੂਸਰੀ ਵਾਰ ਦੇ, ਐਂਡ ਉਹਨਾਂ ਨੇ ਉਹ ਸਾਰੇ ਦੇ ਸਾਰੇ ਕੰਮ 3 ਸਾਲਾਂ ਦੇ ਅਰਸੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਫੇਲੀਅਰ ਸ਼ੋ ਕਰਦੇ ਹੋਏ ਰੋਸ ਵਜੋਂ ਚਿੱਠੀ ਲਿਖੀ ਆ। ਮੇਰਾ ਇਹ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਅੰਦਰ ਇੱਕ ਬਹੁਤ ਵੱਡੀ ਬਗਾਵਤ ਹੋਏਗੀ। ਉਹ ਲੋਕ ਜਿਹੜੇ ਲੋਕਾਂ ਦੇ ਨਾਲ, ਵੋਟਰ ਦੇ ਨਾਲ, ਉਹ ਲੀਡਰ ਕਾਂਗਰਸ ਦੇ ਜਿਹੜੇ ਪ੍ਰੋਮਿਸ ਕਰਕੇ ਆਏ ਸੀ ਵੀ ਅਸੀਂ ਲੁੱਟ ਕਰਨ ਵਾਲੇ ਬਾਦਲਾਂ ਦੇ ਗੁਰਗਿਆਂ ਨੂੰ ਫੜ ਕੇ ਅਦਾਲਤਾਂ ਦੇ ਕਟਹਿਰੇ 'ਚ ਖੜਾ ਕੇ ਸਜ਼ਾਵਾਂ ਦੇਵਾਂਗੇ, ਅੱਜ ਜਦੋਂ ਉਹ ਲੋਕਾਂ ਦੀ ਕਚਹਿਰੀ 'ਚ ਜਾਂਦੇ ਨਾ, ਵੋਟਰਾਂ ਕੋਲ ਜਾਂਦੇ ਆ, ਫਿਰ ਉਹਨਾਂ ਨੂੰ ਵੋਟਰਾਂ ਦੇ ਤੰਜ ਸੁਣਨ ਨੂੰ ਮਿਲਦੇ ਆ। ਪਿਛਲੇ 25-30 ਸਾਲਾਂ ਤੋਂ ਪੰਜਾਬ ਦੇ ਵਿੱਚ ਸਿਰਫ ਦੋ ਪਰਿਵਾਰਾਂ ਦੀ ਚੱਲਦੀ ਹੈ, ਇੱਕ ਕੈਪਟਨ ਅਮਰਿੰਦਰ ਸਿੰਘ ਦੀ ਅਤੇ ਇੱਕ ਬਾਦਲ ਪਰਿਵਾਰ ਦੀ। ਉਸ ਤੋਂ ਬਿਨਾਂ ਪੰਜਾਬ ਦੇ ਵਿੱਚ ਕਿਸੇ ਵਿਅਕਤੀ ਕੋਈ ਨਹੀਂ ਕਹਿ ਸਕਦਾ ਵੀ ਮੇਰੀ ਰੱਤੀ ਭਰ ਵੀ ਚੱਲਦੀ ਹੈ। ਸੋ ਦੋਨੇ ਇਕੱਠੇ ਰਲੇ ਹੋਏ ਨੇ ਅਤੇ ਇਹ ਸਾਰਾ ਕੁਛ ਜੋ ਪਹਿਲਾਂ ਚੱਲ ਰਿਹਾ ਸੀ ਹੁਣ ਵੀ ਚੱਲ ਰਿਹਾ ਅਤੇ ਇਸੇ ਤਰ੍ਹਾਂ ਇਹ ਚੱਲਦਾ ਰਹਿਣਾ। ਮੈਂ ਉਸ ਲੈਟਰ 'ਤੇ ਜੋ ਲਿਖਿਆ ਮੈਂ ਉਹ 'ਤੇ ਸਟੈਂਡ ਬਾਈ, ਐਂਡ ਮੈਂ ਅਪਰੋਪਰੀਏਟ ਟਾਈਮ 'ਤੇ ਜ਼ਰੂਰ ਮੀਡੀਆ ਨੂੰ ਜਿਹੜਾ ਗੱਲ ਕਹੂੰਗਾ। ਕਿਹੜੇ ਕਿਹੜੇ ਮੁੱਦੇ ਲੈ ਕੇ? ਜਿਹੜੇ ਵੀ ਮੁੱਦੇ ਹੈਗੇ ਆ, ਮੈਂ ਤਾਂ ਹੁਣ ਤਾਂ ਸਾਰਿਆਂ ਕੋਲ ਓਪਨ ਹੀ ਹੋ ਗਿਆ ਉਹ ਤਾਂ। ਸੋ ਇਸ ਕਰਕੇ ਜੋ ਮੈਂ ਕਿਹਾ ਮੈਂ ਉਹਦੇ 'ਤੇ ਸਟੈਂਡ ਕਰ। ਤੁਸੀਂ ਇਹ ਲੈਟਰ ਹੋਰ ਵੀ ਕਿਤੇ ਭੇਜਿਆ ਸੀਐਮ ਸਰ? ਮੈਂ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਮਿਸਿਸ ਸੋਨੀਆ ਗਾਂਧੀ ਜੀ ਨੂੰ ਭੇਜਿਆ ਔਰ ਜਾਖੜ ਜੀ ਨੂੰ। ਕਦੋਂ ਤੱਕ ਤੁਸੀਂ ਮੀਡੀਆ ਸਾਹਮਣੇ ਸਾਰੇ ਮੁੱਦੇ ਲੈ? ਮੈਂ ਡੈਫੀਨੇਟਲੀ ਮੈਂ ਪ੍ਰੋਪਰੀਏਟ ਟਾਈਮ 'ਤੇ ਜ਼ਰੂਰ ਗੱਲ ਕਰੂੰ। ਲੱਗਦਾ ਤੁਹਾਨੂੰ ਮੁੱਦੇ ਹੋ ਜਾਣਗੇ ਸਾਰੇ? ਕਰਨੇ ਚਾਹੀਦੇ ਆ, ਸੋਲਵ ਹੋਣੇ ਚਾਹੀਦੇ ਆ, ਪੋਜ਼ਿਟਿਵ। ਮੈਂ ਤਾਂ ਹਮੇਸ਼ਾ ਆਸ਼ਾਵਾਦੀ ਬੰਦਾ ਹੈਗਾ ਔਰ ਸਿਸਟਮਲੀ ਕੰਮ ਕਰਦਾ। ਸਵਾਲ ਇੱਕ ਪੁੱਛਿਆ ਜਾਵੇਗਾ, ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਇਹ ਪੁੱਛਿਆ ਜਾਵੇਗਾ, ਦਿੱਲੀ ਦਰਬਾਰ ਕੈਪਟਨ ਦੀਆਂ ਸ਼ਿਕਾਇਤਾਂ ਦਾ ਕਿਹੜਾ ਚਿੱਠਾ ਤਿਆਰ ਕਰ ਰਿਹਾ? ਕਹਿੰਦੇ ਜਦੋਂ ਕਿਸੇ ਨੂੰ ਤੁਸੀਂ ਨੌਕਰੀ ਤੋਂ ਉਹਨੂੰ ਕੋਈ ਸਬਕ ਸਿਖਾਉਣਾ ਜਾਂ ਨੌਕਰੀ ਬਾਰੇ ਦੱਸਣਾ ਹੈਗਾ ਤਾਂ ਉਹਦਾ ਇੱਕ ਰਿਕਾਰਡ ਮੇਨਟੇਨ ਕੀਤਾ ਜਾਂਦਾ। ਇਹ ਸਰਕਾਰੀ ਮਹਿਕਮੇ ਜਾਂ MNC ਦੀ ਇੱਕ ਕਾਰਜਸ਼ੈਲੀ ਦਾ ਹਿੱਸਾ ਹੈਗਾ, ਪਰ ਸਿਆਸੀ ਹਾਈਕਮਾਨ ਦਾ ਕੀ ਹਿੱਸਾ ਹੈਗਾ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਵਾਲ ਇੱਕੋ ਪੁੱਛਾਂਗੇ, ਦਿੱਲੀ ਦਰਬਾਰ ਕੈਪਟਨ ਦੀਆਂ ਸ਼ਿਕਾਇਤਾਂ ਦਾ ਕਿਹੜਾ ਚਿੱਠਾ ਤਿਆਰ ਕਰ ਰਿਹਾ? ਇਸੇ ਬਹਿਸ ਕਰਾਂਗੇ। ਪਹਿਲਾਂ ਸਾਡਾ ਮੌਜੂਦ ਹੈਗਾ ਉਹਨਾਂ ਦਾ ਤਾਰੁਫ ਕਰਾ ਰਿਹਾ, ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਨੇ। ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਗੁਰਮਨੀ ਸਿੰਘ ਮਾਂਗੜ ਕਾਂਗਰਸ ਦੇ ਬੁਲਾ ਰਿਹਾ, ਹੁਣ ਮੀਡੀਆ ਪੈਨਲਿਸਟ ਵਜੋਂ ਇਹਨਾਂ ਦੀ ਨਿਯੁਕਤੀ ਹੋ ਚੁੱਕੀ ਹੈ। ਤੁਹਾਨੂੰ ਮੁਬਾਰਕਾਂ ਗੁਰਮਨੀਤ ਮਾਂਗੜ, ਅਤੇ ਦਿੱਲੀ ਟੀਮ ਦਾ ਹਿੱਸਾ, ਅਤੇ ਦਿੱਲੀ ਵਾਲੇ ਇਸ ਮੁੱਦੇ 'ਤੇ ਖੁੱਲ੍ਹ ਕੇ ਬੋਲ ਵੀ ਸਕਦੇ, ਇਸ ਕਰਕੇ ਮਾਂਗੜ ਸਾਹਿਬ ਆ ਗਏ। ਮਾਂਗੜ ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੁਸੀਂ ਆਏ ਹੋ। ਕਲੇਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਅਰਸ਼ਦੀਪ ਸਿੰਘ ਕਲੇਰ ਸ਼੍ਰੋਮਣੀ ਅਕਾਲੀ ਦਲ ਬੁਲਾ ਰਿਹਾ, ਅਤੇ ਨਾਲ ਐਡਵੋਕੇਟ ਨੇ। ਕਲੇਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਨੀਲ ਖਰਕ ਆਮ ਆਦਮੀ ਪਾਰਟੀ ਬੁਲਾ ਰਿਹਾ, ਨੀਲਗਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਧੰਨਵਾਦ ਜੀ। ਸਭ ਤੋਂ ਪਹਿਲਾਂ ਸਵਾਲ ਗੁਰਮਨੀਤ ਮਾਂਗੜ ਤੁਹਾਨੂੰ ਕਰਨਾ ਚਾਹੁੰਗਾ। ਗੁਰਮਨੀਤ ਮਾਂਗੜ, 2 ਮਹੀਨੇ ਹੋ ਗਏ ਹੈ ਪ੍ਰਗਟ ਸਿੰਘ ਕਹਿ ਰਿਹਾ ਚਿੱਠੀ ਲਿਖੇ ਨੂੰ, ਅਤੇ ਉਹਨਾਂ ਨੇ ਇੱਕ ਥਾਂ 'ਤੇ ਇਹ ਗੱਲ ਕਹੀ ਹੈ ਕਿ ਇਸ ਦਾ ਕੋਈ ਬਹੁਤਾ ਅਸਰ ਨਹੀਂ ਹੋਇਆ। ਇਹਦਾ ਮਤਲਬ ਇਹ ਹੈਗਾ ਕਿ ਜੋ ਤੁਹਾਡੀ ਪਾਰਟੀ 'ਤੇ ਜਾਂ ਕੈਪਟਨ ਅਮਰਿੰਦਰ ਸਿੰਘ 'ਤੇ ਇਹ ਰੋਸ ਜਿਤਾਏ ਜਾਂਦੇ ਆ ਕਿ ਉਹ ਕਿਸੇ ਨੂੰ ਮਿਲਦੇ ਨਹੀਂ, ਇਹਨਾਂ ਮੈਂ ਚਿੱਠੀ ਦਾ ਜਵਾਬ ਦੇਣ ਦਾ ਵੀ ਉਹਨਾਂ ਕੋਲ ਵਕਤ ਨਹੀਂ ਹੈਗਾ। KP ਜੀ, ਕੋਈ ਇੱਦਾਂ ਦੀ ਗੱਲ ਨਹੀਂ। ਜੇ ਤੁਸੀਂ ਦੇਖੋ ਜਿਹੜੇ ਉਹਨਾਂ ਨੇ ਇਹਦੇ ਵਿੱਚ ਲੈਟਰ ਦੇ ਵਿੱਚ ਜਿਹੜੇ ਮੇਨ ਇਸ਼ੂਜ਼ ਐਡਰੈਸ ਕੀਤੇ ਆ, ਡਰੱਗਸ, ਫਿਰ ਉਹਨਾਂ ਨੇ ਸੈਂਡ ਮਾਫੀਆ ਦੀ ਗੱਲ ਕੀਤੀ ਹੈ, ਉਹਨਾਂ ਨੇ ਟਰਾਂਸਪੋਰਟ ਮੋਨੋਪਲੀ ਦੀ ਗੱਲ ਕੀਤੀ ਹੈ, ਅਤੇ ਲਿਕਰ ਦਾ ਉਹਨਾਂ ਨੇ ਵੇਰਵਾ ਕੀਤਾ। ਇਹ 4 ਇਸ਼ੂਜ਼ 'ਤੇ ਉਹਨਾਂ ਨੇ ਮੇਨ ਫੋਕਸ ਕੀਤਾ ਹੈ। ਅਤੇ ਲੈਟ ਮੀ ਟੈਲ ਦੀ ਆਡੀਅੰਸ ਥਰੂ ਯੋਰ ਮੀਡੀਅਮ ਕਿ ਸਭ ਤੋਂ ਪਹਿਲਾਂ ਤਾਂ ਸਾਡੀ ਪਾਰਟੀ ਇੱਕ ਇੰਟਰਨਲ ਡੈਮੋਕ੍ਰੇਸੀ ਦੇ ਵਿੱਚ ਬਿਲੀਵ ਕਰਦੀ ਹੈ, ਔਰ ਹਰੇਕ ਅਸੀਂ ਸੋਚਦੇ ਹਾਂ, ਨੋਟ ਓਨਲੀ ਦੈਟ, ਐਵਰੀਬਡੀ ਹੂ ਇਜ਼ ਪਾਰਟ ਆਫ ਦੀ ਗਵਰਨਮੈਂਟ ਹੈਜ਼ ਆਲ ਦੀ ਰਾਈਟਸ ਟੂ ਰੇਜ਼ ਅ ਕੁਸ਼ਚਨ ਐਂਡ ਆਸਕ ਦੀ ਚੀਫ ਮਿਨਿਸਟਰ ਅਬਾਊਟ ਦੀ ਪ੍ਰੋਮਿਸਿਜ਼ ਮੇਡ, ਜਿਹਦੇ ਵਿੱਚ ਸਾਡੀ ਪਾਰਟੀ ਦੇ ਵੀ ਬੰਦੇ ਹੈਗੇ ਆ ਇਨਵੋਲਵ, ਅਕਾਲੀ ਦਲ ਦੇ ਵੀ ਹੈਗੇ ਆ, ਅਤੇ ਆਮ ਆਦਮੀ ਪਾਰਟੀ ਦੇ। ਨਾਓ ਗੈਟਿੰਗ ਬੈਕ ਟੂ ਦੀ ਪੁਆਇੰਟ, ਹੁਣ ਸਭ ਤੋਂ ਪਹਿਲੀ ਗੱਲ ਹੈ ਕਿ ਜਿਹੜੀ ਡਰੱਗਸ ਦੀ ਗੱਲ ਹੈ, ਦੇਖੋ ਜੀ, ਡਰੱਗਸ ਨੂੰ ਲੈ ਕੇ STF ਦਾ ਫਾਰਮੇਸ਼ਨ ਕਰਤੀ ਗਈ ਸੀ ਸਰਕਾਰ ਆਉਂਦੇ ਹੋਏ। ਮੇਰਾ ਸਵਾਲ ਬੜਾ ਸਧਾਰਨ ਹੁੰਦਾ, ਆਪਾਂ ਤਾਂ ਇੱਥੇ ਪ੍ਰਚਾਰ ਕਰਨ ਲੱਗ ਪਏ ਨਾ। ਨਹੀਂ ਨਹੀਂ, ਮੈਂ ਤਾਂ ਸਵਾਲ ਬੜਾ ਸਧਾਰਨ ਤੁਹਾਨੂੰ ਕੀਤਾ ਹੈ। ਹਾਂਜੀ, ਕੈਪਟਨ ਸਾਹਿਬ, ਜੇ ਇੰਨਾ ਕੁਛ ਜੇ ਤੁਸੀਂ ਗਰਾਉਣ ਵੀ ਲੱਗੋ, ਮੈਨੂੰ ਪਤਾ ਤੁਸੀਂ ਗਰਾਉਣਾ STF ਦੀ ਕਾਰਵਾਈ, 93 ਕਿਲੋ ਹੈਰੋਇਨ, ਮੈਨੂੰ ਪਤਾ ਸਭ ਕੁਛ ਗਰਾਉਂਗੇ ਤੁਸੀਂ। 2 ਜਣੇ ਫੜ ਲਏ, 1 ਜਣਾ ਭੱਜ ਗਿਆ, ਉਹ ਫਰਾਰ ਆ ਸੀ। ਮੈਨੂੰ ਉਹ ਸਾਰਾ ਕੁਛ ਪਤਾ, ਮਾਂਗੜ ਸਾਹਿਬ ਸਾਰੇ ਦਰਸ਼ਕ ਵੀ ਜਾਣਦੇ, ਬਹੁਤ ਸਿਆਣੇ ਦਰਸ਼ਕ ਆ ਸਾਡੇ। ਸਵਾਲ ਇਹ ਹੈਗਾ, ਕੈਪਟਨ ਸਾਹਿਬ ਨੇ ਚਿੱਠੀ ਦਾ ਜਵਾਬ ਦਿੱਤਾ ਜਾਂ ਨਹੀਂ? ਦੇਖੋ, ਹੋ ਸਕਦਾ ਕਿਸੇ ਕਾਰਨ, ਦੇਖੋ ਮੈਂ ਉਹੀ ਦੱਸਣਾ ਚਾਹ ਰਿਹਾ ਸੀਗਾ ਕਿ ਜਿਹੜੀ ਇਹਦੇ ਵਿੱਚ ਸੈਂਡ ਮਾਫੀ ਸੈਂਡ ਦੀ ਗੱਲ, ਮੈਂ ਉਹੀ ਨੇ, ਕੈਪਟਨ ਸਾਹਿਬ ਨੇ ਚਿੱਠੀ ਦਾ ਜਵਾਬ ਕਿਉਂ ਨਹੀਂ ਦਿੱਤਾਗਾ? ਚਿੱਠੀ ਦਾ ਜਵਾਬ ਕੰਮ ਰਾਹੀਂ ਦੇਣਗੇ ਨਾ ਜੀ। ਹੁਣ ਇਹਨਾਂ ਨੇ ਲੀਕਰ ਦੀ ਗੱਲ ਕੀਤੀ ਹੈ, ਦਾ ਗਵਰਨਮੈਂਟ ਇਜ਼ ਆਲਰੇਡੀ ਇਨ ਦੀ ਪ੍ਰੋਸੈਸ ਕਿ ਇਹਨੂੰ ਕਾਰਪੋਰੇਸ਼ਨ ਬਣਾਤੀ ਜਾਵੇ, ਪਿਛਲੇ 6 ਮਹੀਨਿਆਂ ਤੋਂ ਇਟ ਇਜ਼ ਅੰਡਰ ਦੀ ਪ੍ਰੋਸੈਸ, ਪ੍ਰੋਜ਼ ਐਂਡ ਕੌਨਸ ਦੇਖੇ ਜਾ ਰਹੇ ਹੈ। ਫਿਰ ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਉਸ 'ਤੇ ਮੋਨੋਪਲੀ ਹੈ, ਲੈਟ ਮੀ ਪੁੱਟ ਇਟ ਔਨ ਰਿਕਾਰਡ, ਜਲੰਧਰ ਤੋਂ ਪੰਜਾਬ ਰੋਡਵੇਜ਼ ਦੀ ਵੋਲਵੋਜ਼ ਆਲਰੇਡੀ ਸਟਾਰਟ ਹੋ ਚੁੱਕੀਆਂ
ਇਹ ਆਈ ਵਾਰ ਅਸੀਂ ਕੋਸ਼ਿਸ਼ ਕਰਦੇ ਹਾਂ ਹੋਰ ਟਰਾਂਸਪੇਰੈਂਟ ਪੋਲਿਸੀ ਹੋ ਜਾਵੇ ਕਿ ਜਿਹਦੇ ਵਿੱਚ ਸੈਂਡ ਦੇ ਪ੍ਰਾਈਸਿਸ ਕੰਟਰੋਲ ਕੀਤੇ ਜਾਣ। ਡਰੱਗਸ ਨੂੰ ਲੈ ਕੇ ਸਾਡੀ ਸਰਕਾਰ ਦੀ ਪੂਰੀ ਮਤਲਬ ਲੋਕਾਂ ਦਾ ਸਹਿਯੋਗ ਸਾਨੂੰ ਮਿਲ ਰਿਹਾ ਆ, ਠੀਕ ਹੈ। ਸਾਡੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਵੀ ਇਹਨੂੰ ਪੰਜਾਬ 'ਚੋਂ ਅਨਰਥ ਕਰ ਦਿੱਤਾ ਜਾਵੇ ਜੀ। ਠੀਕ ਹੈ, ਰੇਤ ਮਾਫੀਆ ਦੀ ਗੱਲ ਕਰ ਰਹੇ ਹਾਂ, ਮਾਈਨਿੰਗ ਦੀ ਗੱਲ ਕਰ ਰਹੇ ਹਾਂ, ਸਰਕਾਰੀ ਕਾਰਪੋਰੇਸ਼ਨ ਬਣਾਉਣ ਦੀ ਗੱਲ ਕਰ ਰਹੇ ਹਾਂ, ਨਿਊ ਸੱਤੂ ਦਾ ਤੇਲੰਗਾਨਾ ਮਾਡਲ ਵੀ ਇਹਦੇ ਵਿੱਚ ਅਸਿੱਧੇ ਤੌਰ 'ਤੇ ਆ ਰਿਹਾ, ਤੁਸੀਂ ਉਹ 'ਤੇ ਕੁਛ ਨਹੀਂ ਕਰ ਪਾ ਰਹੇ, ਇਹ ਵੀ ਸਵਾਲ ਤੁਹਾਡੇ 'ਤੇ ਹੈਗਾ। ਸਵਾਲ ਇਹ ਵੀ ਹੈਗਾ ਜਿਨ੍ਹਾਂ ਨੂੰ ਤੁਸੀਂ ਦਰਕਨਾਰ ਕੀਤਾ ਹੋਇਆ ਕਿਸਾਨਾਂ ਨੂੰ, 31,000 ਕਰੋੜ ਦੀ CCL ਦਾ ਸਵਾਲ ਵੀ ਇਹ 'ਚ ਹੈਗਾ, ਤੁਸੀਂ ਉਹ ਹੀ ਮਿਸ ਕਰਕੇ ਹੋ, ਮੈਨੂੰ ਲੱਗਦਾ ਕਿਸਾਨਾਂ ਨੂੰ ਤੁਸੀਂ ਪਾਸੇ ਕੀਤਾ ਹੋਇਆ। ਨਹੀਂ ਨਹੀਂ, ਹਾਂ ਦੇਖੋ ਜੀ, ਬਿਲਕੁਲ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਗੱਲ ਇਹ ਹੈ ਵੀ ਮੈਂ ਮਤਲਬ ਕਿਸਾਨਾਂ ਦੇ ਨਾਲ ਅਤੇ ਜੇ ਪੰਜਾਬ ਦੀ ਕੋਈ ਵੀ ਸਰਕਾਰ ਹੋਵੇ ਅਤੇ ਸਾਡੀ ਸਟੇਟ ਇੱਕ ਐਗਰੀਕਲਚਰ ਸਾਡੀ ਪੰਜਾਬ ਦੀ ਇਕੋਨਮੀ ਦੇ ਵਿੱਚ ਐਗਰੀਕਲਚਰ ਸਭ ਤੋਂ ਵੱਡਾ ਇੱਕ ਕੰਪੋਨੈਂਟ ਹੈਗਾ ਅਤੇ ਸਾਡੀ ਮੈਜੋਰਿਟੀ ਪਾਪੂਲੇਸ਼ਨ ਡਾਇਰੈਕਟਲੀ ਇਨਡਾਇਰੈਕਟਲੀ ਪਾਪੂਲੇਸ਼ਨ ਐਗਰੀਕਲਚਰ ਦੇ ਨਾਲ ਹੈਗੀ ਹੈ। ਸੋ ਇਹ ਕਿਸਾਨਾਂ ਨੂੰ ਤਾਂ ਆਪਾਂ ਭੁੱਲ ਹੀ ਨਹੀਂ ਸਕਦੇ, ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਹੈ ਜੀ, ਸਗੋਂ ਅਸੀਂ ਸੈਂਟਰ ਗਵਰਨਮੈਂਟ ਦੀ ਆ ਜਿਹੜੀ ਮੂਵ ਉਹਨਾਂ ਨੇ ਕੀਤੀ ਆ ਵੀ MSP ਅਸੀਂ ਘਟਾਉਣ ਜਾ ਰਹੇ ਹਾਂ, ਠੀਕ ਹੈ, ਉਹਦੇ ਖਿਲਾਫ ਅਸੀਂ ਮਤਲਬ ਕਲੀਅਰ ਸਾਹਿਬ। ਸਵਾਲ ਇਹ ਹੈਗਾ ਕਿ ਸਵਾਲ ਅਸਲ ਵਿੱਚ ਹੀ ਹੈਗਾ ਕਿ ਜੋ ਬਾਦਲ ਸਰਕਾਰ ਵੇਲੇ ਹੋ ਰਿਹਾ ਸੀ ਉਹੀ ਕਾਂਗਰਸ ਦੀ ਕੈਪਟਨ ਸਰਕਾਰ ਵੇਲੇ ਹੋ ਰਿਹਾ, ਇਹ ਸਵਾਲ ਦਾ ਜਵਾਬ ਤੁਹਾਡੇ ਕੋਲ ਤਾਂ ਹੋਣਾ ਨੀਗਾ। KP ਜੀ, ਇਹ ਬਿਲਕੁਲ ਗਲਤ ਹੈ ਕਿ ਜੋ ਬਾਦਲ ਸਰਕਾਰ ਵੇਲੇ ਹੋ ਰਿਹਾ ਸੀ ਉਹੀ ਕੈਪਟਨ ਸਰਕਾਰ ਵੇਲੇ ਹੋ ਰਿਹਾ। ਬਾਦਲ ਸਰਕਾਰ ਵੇਲੇ ਡਿਵੈਲਪਮੈਂਟ ਹੋ ਰਹੀ ਸੀ, ਬਾਦਲ ਸਰਕਾਰ ਵੇਲੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਸੀ, ਬਾਦਲ ਸਰਕਾਰ ਵੇਲੇ ਹੋਰ ਜਿੰਨੇ ਬੈਨੀਫਿਟ ਗਰੀਬਾਂ ਨੂੰ, ਚਾਹੇ ਆਟਾ ਦਾਲ ਸੀ ਚਾਹੇ ਸ਼ਗਨ ਸਕੀਮ ਸੀ, ਬਾਦਲ ਸਰਕਾਰ ਉਸ ਤਰ੍ਹਾਂ ਦੇ ਪ੍ਰੋਡਕਟਿਵ ਕੰਮ ਕਰ ਰਹੀ ਸੀ। ਉਹੀ ਪ੍ਰਗਟ ਸਿੰਘ ਨੇ ਜਿਨ੍ਹਾਂ ਨੇ ਤੁਹਾਡੀ ਸਰਕਾਰ ਦੇ ਖਿਲਾਫ ਵੀ ਚਿੱਠੀ ਲਿਖੀ ਸੀ, ਉਹੀ ਪ੍ਰਗਟ ਸਿੰਘ ਆ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਖਿਲਾਫ ਵੀ ਚਿੱਠੀ ਲਿਖਦੇ ਪਏ ਆ। KP ਜੀ, ਮੈਂ ਕਲੀਅਰ ਕਰ ਦਿਆਂ ਕਿ ਉਰੇ ਇਕੱਲੇ ਪ੍ਰਗਟ ਸਿੰਘ ਨਹੀਂ ਹੈਗੇ, ਇਹ ਸਿਲਸਿਲਾ ਬਹੁਤ ਲੰਬਾ ਸ਼ੁਰੂ ਹੋ ਗਿਆ। ਪ੍ਰਗਟ ਸਿੰਘ ਉਸ ਕਾਫਲੇ ਦੇ ਵਿੱਚ ਜੁੜ ਚੁੱਕੇ ਨੇ, 4 MLA ਪਹਿਲਾਂ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਦੇ ਖੜੇ ਹੋ ਚੁੱਕੇ ਨੇ, ਫਿਰ ਜੀਰਾ ਸਾਹਿਬ ਖੜੇ ਹੋ ਚੁੱਕੇ, ਫਿਰ ਇਹਨਾਂ ਦੇ ਆਪਣੇ ਪ੍ਰਧਾਨ ਜਾਖੜ ਸਾਹਿਬ ਬੋਲ ਚੁੱਕੇ ਆ, ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ, ਮੈਂ ਕਿਹਦਾ ਕਿਹਦਾ ਨਾਮ ਲਵਾਂ, ਫਿਰ ਧਮਾਨ ਸਾਹਿਬ। ਸੋ ਕਾਫਲਾ ਲੰਬਾ ਹੁੰਦਾ ਜਾ ਰਿਹਾ, ਉਹਦਾ ਕਾਰਨ ਸਿਰਫ ਇੱਕ ਹੈ, ਕਿਉਂਕਿ 2017 ਦੇ ਵਿੱਚ ਇੰਨਾ ਝੂਠ ਬੋਲ ਕੇ, ਇੰਨੇ ਵਾਅਦੇ ਕਰਕੇ, ਗੁਟਕਾ ਸਾਹਿਬ ਦੀ ਹੱਥ ਚੱਕ ਕੇ ਸੋਹਾਂ ਖਾ ਕੇ ਜੋ ਸਰਕਾਰ ਬਣਾਈ, ਹੁਣ MLA ਨੂੰ ਜਵਾਬ ਦੇਣਾ ਔਖਾ ਹੋ ਰਿਹਾ, ਸਿਰਫ ਤੇ ਸਿਰਫ ਆਪਣੇ ਆਪਣੀ ਪੰਡ ਆਪਣੇ ਸਿਰ ਤੋਂ ਲਾਉਣੇ ਫਿਰ ਰਹੇ ਨੇ, ਆਪਣੇ ਤੇ ਗੱਲ ਨਾ ਆਵੇ, ਸਿਰਫ ਹਲਕੇ ਦੇ ਲੋਕਾਂ ਸਾਹਮਣੇ ਸੱਚੇ ਹੋਣ ਲਈ ਆਉਣਾ ਚਾਹੀਦਾ। ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ, ਪ੍ਰਗਟ ਸਿੰਘ ਨੇ ਜਿਹੜੀ ਪਹਿਲਾਂ ਚਿੱਠੀ ਲਿਖੀ ਹੈ 2016 ਦੇ ਵਿੱਚ ਜਾਂ ਹੁਣ ਜਿਹੜੀ ਚਿੱਠੀ ਲਿਖੀ ਹੈ, ਉਹਨਾਂ ਚਿੱਠੀਆਂ ਵਿੱਚ ਸਹੀ ਚਿੱਠੀ ਤੁਸੀਂ ਕਿਸ ਨੂੰ ਮੰਨਦੇ ਹੋ? ਮੈਂ ਪ੍ਰਗਟ ਸਿੰਘ ਜੀ ਬਾਰੇ ਇੱਕ ਗੱਲ ਕਹਿਣਾ ਕਿ ਪ੍ਰਗਟ ਸਿੰਘ ਜੀ ਸਪੋਰਟਸਮੈਨ ਰਹੇ ਨੇ ਸਾਰੀ ਜ਼ਿੰਦਗੀ, ਔਰ ਅਗਰ ਹੁਣ ਵੀ ਉਸੇ ਸਪਿਰਿਟ 'ਚ ਬੋਲਦੇ, ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਕਿ ਅਗਰ 2016 ਉਹਨਾਂ ਨੇ ਕੋਈ ਜਵਾਬ ਸਵਾਲ ਖੜੇ ਕੀਤੇ ਸੀਗੇ, ਅਗਰ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਕੋਈ ਚਿੱਠੀ ਲਿਖੀ ਸੀਗੀ ਔਰ ਅੱਜ 2019 'ਚ ਲਿਖੀ ਹੈ ਔਰ ਉਹ ਸਪੋਰਟਸਮੈਨ ਨੇ ਆਪਣੇ ਵਿਚਾਰ ਖੁੱਲ੍ਹ ਕੇ ਚਿੱਠੀਆਂ ਲੈ ਕੇ ਬੈਠਾ ਇਸ ਲਈ, ਔਰ ਮੈਂ ਫਿਰ ਦੁਬਾਰਾ ਕਹਿ ਦਿਆਂ ਕਿ ਕਾਰਜਸ਼ੈਲੀ ਦਾ ਇਹ ਫਰਕ ਹੈ ਕਿ ਉਹਨਾਂ ਦੀ ਚਿੱਠੀ ਤੋਂ ਬਾਅਦ ਸਦਾ ਪ੍ਰਕਾਸ਼ ਸਿੰਘ ਬਾਦਲ ਨਾਲ ਇੱਕਦਮ ਉਹਨਾਂ ਨੂੰ ਬੁਲਾਇਆ ਗਿਆ ਔਰ ਉਹਨਾਂ ਨਾਲ ਗੱਲਬਾਤ ਕੀਤੀ ਗਈ ਔਰ ਅੱਜ ਉਹ ਖੁਦ ਮਹਿਸੂਸ ਕਰਦੇ ਹੋਣੇ ਕਿ ਕਿੱਥੇ ਮੈਂ ਕਾਂਗਰਸ ਪਾਰਟੀ ਦੇ ਮੁਅੱਤਲੀ ਵਾਲੀ ਚਿੱਠੀ ਹੈ ਜੀ, ਮੁਅੱਤਲੀ ਬਾਰੇ ਪੁੱਛ ਰਹੇ ਆ ਉਹ, ਨਾਲੇ ਵੀ ਪੁੱਛ ਰਹੇ। ਮੈਂ ਫਿਰ ਦੁਬਾਰਾ ਕਹਿ ਦਿਆਂ ਕਿ ਇਸ ਚਿੱਠੀ ਤੋਂ ਬਾਅਦ ਉਹ ਅਗਲੇ ਦਿਨ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਔਰ ਆਪਣੇ ਉਹਨਾਂ ਨੇ ਇਸ਼ੂ ਰਿਜ਼ੋਲਵ ਕੀਤੇ, ਪਰ ਅੱਜ ਖੁਦ ਹੀ ਉਹ ਬੈਠ ਕੇ ਸੋਚ ਰਹੇ ਹੋਣ ਕਿ ਮਿਸ ਕਿਸ ਪਾਰਟੀ ਦੇ ਵਿੱਚ ਆ ਗਿਆ ਜਿੱਥੇ ਮੈਨੂੰ ਮਿਲਣ ਦਾ ਸਮਾਂ ਤੱਕ ਨਹੀਂ ਮਿਲ ਰਿਹਾ ਔਰ ਸ਼ਾਇਦ ਚਿੱਠੀਆਂ ਲਿਖ ਕੇ ਉਹਨਾਂ ਨੂੰ ਵੀ ਆਪਣਾ ਗੁੱਸਾ ਜ਼ਾਹਰ ਕਰਨਾ ਪਿਆ। ਚਿੱਠੀ ਸਹੀ ਕਿਹੜੀ ਹੈ ਵੈਸੇ, ਇਹ ਨਹੀਂ ਦੱਸਿਆ ਤੁਸੀਂ? ਚਿੱਠੀਆਂ ਤਾਂ ਹੁਣ ਲਿਖੀਆਂ ਦੋਨੋਂ ਪ੍ਰਗਟ ਸਿੰਘ ਜੀ ਨੇ, ਤਾਂ ਦੋਨੋਂ ਉਹਨਾਂ ਦੀ ਚਿੱਠੀ। ਚਲੋ ਸ਼ਾਹੀ ਚੈੱਕ ਕਰ ਲਿਓ ਕਿਹੜੀ ਸ਼ਾਹੀ ਠੀਕ ਹੈਗੀ, ਜਿਹੜੀ ਤੁਹਾਨੂੰ ਪਸੰਦ ਹੈ। ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ, ਵਾਪਸ ਆ ਕੇ ਇਹ ਸਵਾਲ ਹੋਵੇਗਾ ਜ਼ਰੂਰ ਕਿ ਫੁੱਲ ਬੈਕ ਪਲੇਅਰ ਦੀ ਫੁੱਲ ਪੇ ਚਿੱਠੀ ਦਾ ਗੋਲ ਪੋਸਟ ਹੈ ਕੀ ਹੈ। ਇਹ ਗਰਾਊਂਡ ਦੇ ਜਿਹੜੀ ਥਿਊਰੀ ਹੁੰਦੀ ਹੈ, ਗਰਾਊਂਡ ਦੀ ਥਿਊਰੀ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਖਿਡਾਰੀ ਹੈ ਉਹ ਦਿਖਾ ਕੇ ਸ਼ਾਟ ਨਹੀਂ ਖੇਡਦਾ, ਕੋਈ ਲੁਕੋ ਕੇ ਸ਼ਾਟ ਖੇਡਦਾ, ਸ਼ਾਟ ਜਦੋਂ ਖੇਡਦਾ ਲੁਕੋ ਕੇ ਤਾਂ ਫਿਰ ਉਹਦੇ ਵਿੱਚ ਡਰੈਗ ਫਲਿੱਕ ਵੀ ਆ ਜਾਂਦੀ ਹੈ, ਉਹਦੇ ਵਿੱਚ ਲੰਬੀ ਹਿੱਟ ਵੀ ਆ ਜਾਂਦੀ ਹੈ। ਹੁਣ ਪ੍ਰਗਟ ਸਿੰਘ ਹਰਾਂ ਨੇ ਲੰਬੀ ਹਿੱਟ ਮਾਰੀ ਹੈ ਜਾਂ ਪ੍ਰਗਟ ਸਿੰਘ ਦੀ ਹਾਕੀ ਨੂੰ ਪਿੱਛੋਂ ਕਿਸੇ ਹੋਰ ਨੇ ਫੜਿਆ ਹੋਇਆ ਅਤੇ ਉਹ ਪ੍ਰਗਟ ਸਿੰਘ ਨੂੰ ਹਾਕੀ ਖਿਡਾ ਰਿਹਾ? ਪ੍ਰਗਟ ਸਿੰਘ ਵੈਸੇ ਅਣਜਾਣ ਨਹੀਂ ਹੈਗੇ, ਪ੍ਰਗਟ ਸਿੰਘ ਨੂੰ ਪਤਾ ਕਿ ਕਿਹੜੀ ਪਿੱਚ 'ਤੇ ਕਿਹੜੀ ਐਸਟਰਫ 'ਤੇ ਕਿਵੇਂ ਖੇਡਣਾ ਹੈਗਾ ਅਤੇ ਕਿਹੜੀ ਡੀ ਤੱਕ ਜਾਣਾ ਅਤੇ ਡੀ ਦੇ ਨਾਲ ਨਾਲ ਜਿਹੜੀ ਲਾਈਨ ਜਾਂਦੀ ਹੈਗੀ ਹੈ ਉਹਨੂੰ ਕ੍ਰੋਸ ਕਰਨਾ ਜਾਂ ਗੋਲ ਪੋਸਟ ਵਿੱਚ ਖੜੇ ਜਿਹੜੇ ਗੋਲ ਕੀਪਰ ਨੂੰ ਉਹਨੂੰ ਝਕਾਨੀ ਦੇਣੀ ਹੈ। ਪ੍ਰਗਟ ਸਿੰਘ ਹਰੀ ਇਹ ਚੰਗੀ ਤਰ੍ਹਾਂ ਜਾਣਦੇ ਆ। ਬ੍ਰੇਕ ਤੋਂ ਵਾਪਸ ਆ ਕੇ ਕੈਪਟਨ ਖਿਲਾਫ ਕਿਹੜੀ ਫੀਲਡਿੰਗ ਜਾਰੀ ਹੈ? ਸਵਾਲ ਇੱਕ ਪੁੱਛ ਰਿਹਾ, ਸਵਾਲ ਵੱਡਾ ਹੈ, ਪੁੱਛ ਰਿਹਾ ਅਸੀਂ ਦਿੱਲੀ ਦਰਬਾਰ ਕੈਪਟਨ ਦੀਆਂ ਸ਼ਿਕਾਇਤਾਂ ਦਾ ਕਿਹੜਾ ਚਿੱਠਾ ਤਿਆਰ ਕਰ ਰਿਹਾ? ਨੀਲਗਰ ਸਾਹਿਬ, ਇੱਕ ਸਵਾਲ ਮੈਨੂੰ ਤੁਸੀਂ ਜਵਾਬ ਦੇ ਸਕਦੇ ਹੋ ਕਿ
देखो के पी जी समा तो सारा सही हों जो तुम लोग मुद्दे की गल करते हो इस चीज़ की वेट नहीं की जाती होंगी कि कोई सही वक्त आएगा तो सियासी गिनती मिनती हो सकती ने जिड़ी चीज़ अज प्रगट सिंह होरी कह रहे हैं एक कल्ले नहीं कह रहे इस तो पहला भी चाहे सुरजीत धीमान की गल कर लिए कुलबीर जीरा की गल कर लिए राजा वड़िंग की गल कर लिए प्रताप बाजवा की गल कर लिए शमशेर दुल्लों की गल कर लिए सीरीज हैगी है ये सारे ने कही जो चीज़ असं अज तो 3 साल पहला कह रहे थे अज कह रहे हैं ये क्यों कह रहे हैं क्योंकि जोड़ा है हूँ इन्हों पता लग गया है कि जोड़ा एक काला माला है जोड़ा भ्रिष्टाचार है जोड़ा माफिया है बादस्तूर जारी है वादे किए से वादे पूरे वफा होए नहीं लोगों के निराशा हैगी है लोगों फेस नहीं कर सकते और इतिहास गवाह है जितों जितों कांग्रेस खत्म हुई चाहे वह बंगाल से चाहे बिहार से या यूपी से उत्थे वो इतिहास का हिस्सा बन के रह गई है वो दोबारा रिवाइव हो नहीं पाई इस करके जिहड़े इन्हां दे जिहड़े एमएलए ने वो चीका मारदे ने बहुत वधिया उन्होंने जदों 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 कांग्रेस विच जां अकाली दल विच कोई फुट पैंदी है तुसीं कोशिश करदे हो कांग्रेस दे आगूआं नूं तां तुसीं सीधा ऑफर दे दिंदे हो कि आयो तुसीं साडे विच सिद्धू साहब नूं तुसीं ऑफर बहुत वार दे चुके हो पहलां वी तुहाडी गलबात चलदी सी नहीं बनी प्रगट भाजी नूं वी ऑफर दे रहे हो प्रगट सिंह नूं ऑफर दे रहे हो साडी तुहाडे चैनल दे माध्यम राहीं फिर असीं कहना चाहुंदा पंजाब नूं बचाउण लई जे जिहड़े पंजाब दे हितैषी हैगे ने सही मायनां दे विच करप्शन दे खिलाफ लड़ना चाहुंदे आ लोक मुद्दिआं नूं उभारना चाहुंदे आ हर एक उस इनसान दा इत्थे जिहड़ी कि साडी पार्टी दे विच स्वागत है प्रगट सिंह जी चिट्ठी बड़ी खतरनाक लिखते आ बिल्कुल चिट्ठी लिख चुके हो ये तुसी जेड़ी प्रगट सिंह होरी जेड़ी चिट्ठी लिखते हैं तो असीं दस दिए जेड़ा है आम आदमी पार्टी का एजेंडा बिल्कुल असीं क्लियर असीं शुरू तो कह रहे हैं चाहे अकाली दल बादल जेड़ा है और जेड़ा कैप्टन साहब मिले हुए ने उस तरह यह जी है बाद दस्तूर जारी है करप्शन और उस तरह माफिया जारी है लोग तरह तरह कर रहे हैं किसी नौकरी नहीं मिल रही किसान खुदकुशियां कर रहे नशे के नाल जेड़े लोग मर रहे हैं इन्हू रोकना है तो सारे पंजाब हितैषियों इकट्ठे होना पे ठीक है मैं आ रहा मंगड़ साहब रसमजीत सिंह ये चिट्ठियां दोनों पढ़ के ना जां इस कल्ली चिट्ठी नूं जिहड़ी प्रगट सिंह होरां दी हुण चिट्ठी हैगी आ उह चिट्ठी नूं पढ़ के इउं लगदा पिया कि उह सियासी नैक्सस नूं उभारना चाह रहा ते उहदा जिक्र करना चाह रहा देखो ये उन्होंने कहा तो नहीं है क्लीयरली कोई नैक्सस है पर जो उन्होंने मंगा सारियां रखियां वह बिल्कुल इउं लगदा भी जिवें कोई दलजीत सिंह चीमा बोल रहा होवे जां कोई होर पार्टी विरोधी दा आम आदमी पार्टी दा कोई बोल रहा होवे इस तरह दा क्यों असली मुद्दे वो इहो जे हैगे आ ये उन्होंने साफ साफ कहा आ कि जिहड़ियां बेसिक 5-7 गल्लां सीगियां जिहड़ियां जिहदे च कोई खर्चे वाली गल नहीं इहदे च ये दवाई पाउण वाली गल नहीं खजाना खाली असीं कुछ नहीं कर सकते रेता बजरी नाल ते पैसा आउणा सी जे अपने हत्थ च लै लैंदे नवजोत सिंह सिद्धू ने प्रपोजल दित्ती इन्हां ने रिजैक्ट कर दी क्योंकि मौज मस्ती हो रही है रेता बजरी दे उत्ते ओह रब दी नियामत आ इह मौजां कर रहे आ लोक तबाह हो रहे सिद्धू होरां दी कोचिंग तां नहीं पिछे बिल्कुल मैनू इउं लगदा कि जिहड़ी हाकी आ ना उहदा जिहड़ा अग्गों मूँह ते हाकी वाला पिछों उहदा हैंडल बैट क्रिकेट दे बैट दा आ इस करके सांझा काम ही लगदा आ इहो जी कोई गल नहीं हैगी होणा भी चाहीदा उहनां दी दोस्ती हैगी आ दोस्ती इस करके भी आ कि वो बहुतियां उलझना दिल्ली दी पार्टी मैनेजमेंट वालों तो नहीं ए देखो मैं हुण जे तुसी पूरी गल पुछदे ते पहले ही इस तरह पुछ लेंदे मैं हुण पूरी गल नहीं आउंदी नहीं 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 सर थैंक यू मैं हुण पूरा पंडोरा ये है कि देखो पंजाब दा यूनिट पंजाब प्रदेश कांग्रेस कमेटी का भंग है इस वेले वो भंग इन्हां ने किया सुनील जाखड़ ने वो कैप्टन के कहने नहीं होया जे सुनील जाखड़ ने किया तो उसनू हुण रीकॉन्स्टिट्यूट भी करनगे आ बंदे सारे अगे आउणगे तां ही इत्थे पंजाब दे विच कांग्रेस बचूगी ये प्लैनिंग दिल्ली तो लैके विचे वाया नवजोत सिद्धू तो प्रगट ये सारे प्रगट होए आ इस करके ये जिहड़ी सारी इस वेले साडे सामने दिख रही है ये जिहड़ी पिछे आ वो एक पूरी दिल्ली तो लैके पंजाब तक की सियासत हैगी है तो कैप्टन साहब लई नूं इस गल नूं बड़ा सीरीयसली लैना चाहिए वैसे उन्होंने काली काली जदों दिल्ली वालियां उधरों यह जी चिट्ठिया जा रही उधरों उन्होंने अपने होर बंदे भी आ जिन्हें की लिस्ट बार बार कोई कहने की लड़ नहीं है शमशेर सिंह दुल्लों तो लैके जीरा जां होर सारे बंदे वो कह रहे हैं तो वह सुनते नहीं तो जदों ज्यों ही दिल्ली के पिछों केजरीवाल की जित आई तो उन्होंने थोड़ा जहा लगा तो एकदम उन्होंने सारे डीसियां की मीटिंग सद के तो उन्होंने कहा कि देखो जी जो तक तो ड्रग की गल हैगी तो मैं काफ़ी काम कर दिता तो लोग हैरान है भी कर की दिता अजे तो उस तरह ही सारा कुछ है केड़ा माफिया केड़े वड्डी मगर मच्छी फड़ के अंदर सुटिया कुछ नहीं किया इस तरीके उन्होंने जी आ गल राम ना हो सकती सी बिजली वाली गल जी पावर की गल सी बारे कोई एक्शन नहीं लिया वो किन्नी बारी आ वो वादे किए हुए की मैं गल कर रहा बाकी सारिया चीज़ा जगिया वो कहें कि देखो हूँ बिजली पानी सिक्ख्या सेहत ये डीसिया हुक्म लाते उन्होंने कि बारे मैं दसो हूँ की किया जाए ये नीजरक रिएक्शन है उन्होंने थोड़ा जहा भंबूतरे पेल अगे ना थोड़ा जहाँ उन्होंने घबराहट हुई है भी ये हो की रहा
पर घबराहट नालों ज़्यादा कि अपने एक्शन च आ जाण जो पहला वाले कैप्टन किस वेले थोड़ा बहुत हाँ खुंडे वाले कैप्टन जे वो नहीं आउणगे तो फिर खुंडा दूजिया ने तो चक्के आई आ। ठीक है गुरमीत मांगट, हाँ जी बिजली का मामला बहुत वड्डा, मैं इशू वाइज भी गल करना चाहुंदा तुहाडे नाल। बिजली तो हुण कैप्टन साहब ने कहा कि असीं रिव्यू करांगे, इहदा मतलब वाइट पेपर नहीं तुसीं जारी कर रहे? केपी जी मैनू चंगी तरह याद है तुसीं आपां इस इशू ते एक बार पहला भी डिस्कस कर चुके हैं तुहाडे ही चैनल ते, इत्थे बैठ के मैं कहा सीगा वी इहनूं साडी पार्टी दीआं सारीआं लीगैलिटीज़ देख रहीआं आ। ठीक है ते देखो संगठन की हुंदा है, साडे कांग्रेस है हमेशा नेशन बिल्डिंग, बिल्कुल तुसीं आदत तरीके नाल गोलमोल क्यों कर रहे हो? नहीं नहीं गोलमोल नहीं कर रहा केपी जी, मैं सिर्फ सुधारण जिहा सवाल तुहानूं कीता, वाइट पेपर कांग्रेस पार्टी पंजाब सरकार जारी कर रही है जां नहीं बिजली दे मुद्दे ते? इह संकेत ही है जी जदों कैप्टन साहब ने कहा साहब जी तुहानूं लगदा कि वाइट पेपर आऊगा? देखो झूठ की राजनीति नहीं चलती, कैप्टन साहब बार बार झूठ बोलते ना, इन्होंने कोई वाइट पेपर नहीं, वाइट पेपर की करेगा? तुम वाइट लियाओ ब्लैक लियाओ रेड लियाओ यही दसेगा ना कि पहला कैप्टन बादल होरी कि ठगिया मारते कमीशन जाता है तो हूँ इन्होंने को कमीशन आता जदों तक समझौते रद्द नहीं होंगे उदों तक पंजाब के लोगों बिजली रिव्यू करांगे रिव्यू हाँ बिल्कुल रिव्यू करन असी ते पहले मांग है तुसी देखो के नहीं रिव्यू करन वाले बयान नाल तुसी सैटिस्फाइड हो जांदे? देखो नहीं बिल्कुल नहीं, जदों हुण तुसी देखोगे जिहड़ा 20 तरीक नूं जिहड़ा सैशन शुरू होण जा रहा असी ऑलरेडी इहनां नूं नोटिस दे चुके इस मुद्दे दे उत्ते भी कि इस दे उत्ते सब तों वध जिहड़ा हैगा बिजली दे जिहड़ा हैगा मुद्दा हैगा प्राइवेट थर्मल प्लांट है इहनां दा जिहड़ा रिव्यू करन दी गल हैगी है उहनां नूं रद्द करन दी गल हैगी है, बिल्कुल स्टैंड असी उत्ते करांगे और मजबूर कर देंगे कैप्टन साहब नूं कि समझौते रद्द होण। ठीक है समझी सिंह, सैशन तों पहलां प्रगट सिंह हरां की चिट्ठी लीक होना या लीक करवाना इहदा मतलब यह बनता है कि तुसीं आपदी हॉकी है जिहड़ी सैल्फ गोल दे लई विरोधियों के हाथ में फड़ा दित्ती है? नहीं देखो तुसीं इहदे दूजे तरीके नाल भी सोचो कि वह किन्ने परेशान होणगे कि उन्होंने एन मौका ताड़ के हिट किया है, चिट्ठी किवें गई वो तो तुहानूं पता ही है, होर कि कैप्टन साहब ने डिफेंडर बड़े तकड़े रहे हो नहीं? हाँ कैप्टन साहब ने तो फड़ा नहीं दी है ना मीडिया नूं, कितों ना कितों गई हैगी भावें दिल्लियों गई जां सुनील जाखड़ तो गई जां इन्हां को गई जां कितों होर गई, मैनूं लगदा चंडीगढ़ लीक होई। चलो जिस तरह भी हो लीक करन दा च कीड़ी गल है, लोकां दे चुने हुए नुमाइंदे सारियां खुल के गल्लां होणियां चाहीदियां, इहदे च कीड़ी चोरी गल्ल है? लीक वाला शब्द नूं बोलना चाहीदा, ओह तां इह कहिंदे मैं चिट्ठी दे रहा तुहानूं, आहो नहीं बिल्कुल नहीं कहिंदे, इहदे च कोई गल नहीं, पर इक गल इह सारी गल चों जरूर लगी आ कि अजे भी पार्टी भावें कोई भी होवे कुछ वधिया लोग जिहड़े इमानदार लोग हैगे आ जिहड़े तुहानूं पता उह जिहड़ा सैशन है जिहड़ा बरगाड़ी वाला सी उदों भी नवजोत सिद्धू अंदर झोली अड अड के कहिंदा सीगा फैसला कर दो बहुत देर हो गई आ लोग साडा साथ छड्ड देणगे, जिहड़े भी बंदे कल्परेट आ उह दोषी आ उहनां नूं जिहड़ा सजावां मिलणियां चाहीदियां, फिर की होया कुछ नहीं साल लंघ गया। इस करके उन्हां दे अंदर भी बंदे कांग्रेस खासकर नवजोत सिद्धू ते प्रगट सिंह मैनू लगता कि इस वेले यह गल करके वो पंजाब दे वो चेहरे बन के उभर के आ गए जिहड़े पंजाब लगातार कितों लभ रहा सी, कदी दिल्ली वल देखदा सी कदी किसे पासे। बहुत इंपोर्टेंट सवाल है, बहुत इंपोर्टेंट सवाल है, एक छोटा ब्रेक लवांगे फिर तो वापस आवांगे, वापस आके सारे सवाल होणगे जरूर। नवजोत सिंह सिद्धू दे बनाए राह ते प्रगट सिंह तुर रहे जां नवजोत सिंह सिद्धू ते प्रगट सिंह ने राह इहो जे तैयार करने आ सियासत दे विच कि दूजी सियासत नूं सोचना पवे कि असीं अगे करना की हैगा, कि कैप्टन अमरिंदर सिंह दे खिलाफ़ यह मोर्चा हैगा जां इह मोर्चा विरोधी पार्टियां दे खिलाफ़ हैगा जां उन्हां दी पार्टी हाईकमान कह रही है कि इस मोर्चे ते डटे रहो मैदान असीं तुहानूं तैयार करके देवांगे पिच बना के देवांगे खेडना तुसीं आ। ब्रेक तो वापस आ रहे हैं, सवाल एक पुछ रहे सवाल से पुछ रहे दिल्ली दरबार कैप्टन की शिकायतों का किहड़ा चिट्ठा तैयार कर रहा है? क्लियर साहब कैप्टन साहब ने डिनर भी बड़े कराए, उस डिनर के विधायकों मना की कोशिश हुई, तुम्हें लगता कि कैप्टन अमरिंदर सिंह सुनील जाखड़ कोई आपस में वखरेवा है लगता तुम्हें? के पी जी कांग्रेस पार्टी के अंदर एक बहुत तकड़ी खाना जंगी शुरू हुई हुई है, सो मैं फिर दोबारा कह रहा कि वादे इन्ने ज़्यादा किए 2017 की सरकार बनाने लिए जोड़ा झूठ बोल सकते से झूठ बोलिया, वो वादे किसी भी तरीके नाल पूरे नहीं हो रहे, लोगों को कुछ नहीं मिल रहा, सो अंदर एमएलए दे विच भी कनरेस्ट खड़ा हो गया, उन्होंने पता है 2022 नूं लोगों के विच जाना है, वादा कोई पूरा नहीं किया, सो कांग्रेस के अंदर एक बगावत के जिहड़े सुर ने, मैं फिर दोबारा कहा कि प्रगट सिंह कोई पहले आदमी नहीं है, बहुत लंबा काफिला जिहदे च प्रगट सिंह हुण जुड़ चुके हैं और कांग्रेस की जिहड़ी मौजूदा सरकार है बिल्कुल लोक मुद्दियां ते फेल हो चुकी है और हुण तां एमएलए सिर्फ अपना भार ला के सरकार नूं सरकार दे उल्ट बोल के लोगों च सच्चे होना चाहुंदे ने, लोग बर्दाश्त नहीं करदे, विरोध वाली किश्ती दा मलाह कौन है? ये विरोध वाली किश्ती का मलाह
सिर्फ ओही ने जिन्होंने वादे किए ने। और मैं ये गल कहना कि अज कोई भी एमएलए चाहे प्रगट सिंह होण चाहे मुख्यमंत्री जिले चार एमएलए होण जदों वादे हो रहे सी सब बराबर दे भागीदार सी। अज अपने आप नूं पाक साफ कोई नहीं कह सकता। उस टाइम इन्हां चों किसे ने आवाज नहीं चक्की कि ऐसे वादे ना करो जिहड़े पूरे ना होण। उस टाइम यह भी सारे सत्ता दे लालच दे विच इह जिन्ने एमएलए ने मैं प्रगट सिंह नूं भी उन्ने ही जिम्मेवार मानदा कि यह भी उस वादियां च शामिल सी। हुण 3 साल बाद अपने आप नूं साफ करना या पाक दामन साफ निकलना लोग यह चीज़ लॉ नहीं करन। ठीक है गुरमणित मांगड़ एक सवाल का मैं जवाब दे दो। हाँ जी ये चिट्ठी लीक किवें हो गई केपी जी? उदो पहला मैं कलेर साहब के गर्ग साहब के जेडे दो एक मिनट लूँगा। पहली गल कलेर साहब शायद तुसी भुल गए जदों तुहाडी सरकार गई सी 42,000 करोड़ का फिजिकल डैफिसिट सीगा प्राइमरी डैफिसिट। ठीक है तुसी स्टेट नूं नंग मिला के चल गए सी। दूजी गल ਅਸੀਂ ਆਲਰੇਡੀ ਐਤਕੀ ਜਿਹੜੇ ਵਾਦੇ ਮੈਨੀਫੈਸਟੋ ਨਹੀਂ ਨਹੀਂ ਇੱਥੇ ਮਾਂਗੜ ਸਾਹਿਬ ਨਹੀਂ ਇਧਰ ਨਹੀਂ ਕਰੂਗਾ ਨਾ ਤੁਸੀਂ 60,000 ਕਰੋੜ ਦਾ ਕਰਜ਼ਾ ਤੁਸੀਂ 3 ਸਾਲ ਕਲੇਰ ਸਾਹਿਬ ਮਾਂਗੜ ਸਾਹਿਬ ਤੁਸੀਂ ਇਹ ਸਵਾਲਾਂ ਦਾ ਜਵਾਬ ਪ੍ਰਗਟ ਸਿੰਘ ਹਰਨ ਤੋਂ ਇਹਨਾਂ ਨੂੰ ਨਾ ਦਿਓ ਤੁਸੀਂ ਆਪਦੇ ਵਿਧਾਇਕਾਂ ਨੂੰ ਦੱਸ ਦਿਓ ਬਸ। ਕੇਪੀ ਜੀ ਸਾਡੇ ਵਿਧਾਇਕਾਂ ਨੂੰ ਪਤਾ ਆ ਅਨਲਾਈਕ ਹੋਰ ਪਾਰਟੀਜ਼ ਜਿੱਥੇ ਇੱਕ ਬੰਦੇ ਨੇ ਫੈਸਲਾ ਲੈ ਲਿਆ ਤੇ ਉਹੀ ਹੈ ਤੇ ਨੋਬਡੀ ਹੈਜ਼ ਰਾਈਟਸ। ਠੀਕ ਹੈ ਅੱਜ ਇਹ ਦੋਨੋਂ ਪਾਰਟੀ ਸਾਨੂੰ ਅਕਿਊਜ਼ ਕਰ ਰਹੀਆਂ ਨੇ ਵੀ ਤੁਹਾਡੇ ਜੀ ਪਤਾ ਹੀ ਨਹੀਂ ਕੀ ਅਫਰਾ ਤਫਰੀ ਦਾ ਮਾਹੌਲ ਹੈ। ਸਾਡੇ ਇੰਟਰਨਲ ਡੈਮੋਕ੍ਰੇਸੀ ਹੈਗੀ ਹੈ ਸਾਡੇ ਐਮਐਲਏ ਸਾਡੇ ਪ੍ਰਧਾਨ ਸੂਬਾ ਪ੍ਰਧਾਨ ਸਾਡੇ ਸਕੱਤਰ ਸਾਰਿਆਂ ਕੋਲ ਸਾਡੀ ਪਾਰਟੀ ਨੇ ਇੰਨਾ ਇੰਪਾਵਰ ਕੀਤਾ ਕਿ ਉਹ ਇੱਕ ਇਲੈਕਟਡ ਮੁੱਖ ਮੰਤਰੀ ਨੂੰ ਵੀ ਸਵਾਲ ਪੁੱਛ ਸਕਦੇ ਆ। ਮੈਂ ਪੁੱਛਣਾ ਚਾਹੁੰਦਾ ਹਾਂ ਕਲੇਰ ਸਾਹਿਬ ਨੂੰ ਅਸੀਂ ਤਾਂ ਪਾਵਰ 'ਚ ਹੈ ਚਲੋ ਠੀਕ ਹੈ ਸਾਡੇ ਲੋਕ ਐਮਐਲਏ ਅਨਸੈਟਿਸਫਾਈਡ ਹੈ ਤੁਸੀਂ ਪਾਵਰ 'ਚ ਨਹੀਂ ਹੁਣ ਦੇ ਬਾਵਜੂਦ ਵੀ ਤੁਹਾਡੇ ਰੋਜ਼ ਹੀ ਕੋਈ ਨਾ ਕੋਈ ਛੱਡ ਕੇ ਜਾਈ ਜਾਂਦਾ। ਇਹੀ ਗੱਲ ਮੈਂ ਗਰਗ ਸਾਹਿਬ ਨੂੰ ਕਹਿਣਾ ਚਾਹੁੰਦਾ। ਗਰਗ ਸਾਹਿਬ ਤੁਸੀਂ ਇੰਨਾ ਹੀ ਦੱਸ ਦਿਓ ਜਿੱਦਣ ਆਮ ਆਦਮੀ ਪਾਰਟੀ 2014 'ਚ ਆਈ ਸੀ ਪੰਜਾਬ 'ਚ ਭਗਵੰਤ ਮਾਨ ਜੀ ਨੂੰ ਛੱਡ ਕੇ ਤਾਂ ਇੱਕ ਦੋ ਹੋਰ ਚਿਹਰਿਆਂ ਨੂੰ ਛੱਡ ਕੇ ਤੁਹਾਡੇ ਕੋਲ ਕੀ ਹੈ? ਤੁਹਾਡੇ ਕੋਲ ਆਪਦੇ ਓਪੋਜੀਸ਼ਨ 'ਚ ਐਮਐਲਏ ਸਮਝਦੇ ਨਹੀਂ। ਸਾਡੇ ਐਮਐਲਏ ਤਾਂ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਬਿਲਕੁਲ ਦੇ ਹੈਵ ਆਲ ਦੀ ਰਾਈਟ। ਮੈਂ ਕਹਿੰਦਾ ਉਹਨਾਂ ਨੇ ਲੋਕਾਂ ਨੂੰ ਜਵਾਬ ਦੇਣਾ ਹੈ। ਠੀਕ ਹੈ ਦੇ ਹੈਵ ਆਲ ਦੀ ਰਾਈਟ। ਮਾਂਗੜ ਸਾਹਿਬ ਤੁਸੀਂ ਦੋਨੋਂ ਪਾਰਟੀਆਂ ਦਾ ਜਵਾਬ ਦਿੱਤੇ, ਮੇਰੇ ਸਵਾਲ ਦਾ ਜਵਾਬ ਹਜੇ ਨਹੀਂ ਦਿੱਤਾ। ਇੱਕ ਮਿੰਟ ਪਲੀਜ਼, ਚਿੱਠੀ ਕਿਵੇਂ ਲੀਕ ਹੋਈ? ਦੇਖੋ ਜੀ ਇਹ ਤਾਂ ਹੁਣ ਜਿੰਨਾ ਕਿ ਤੁਹਾਨੂੰ ਪਤਾ ਹੈ ਉਨਾ ਕਿ ਮੈਨੂੰ ਨਹੀਂ ਪਤਾ ਨਾ। ਮੈਨੂੰ ਤਾਂ ਬਿਲਕੁਲ ਹੀ ਨਹੀਂ ਪਤਾ। ਕਹਿ ਦੋ ਮੈਨੂੰ ਨਹੀਂ ਪਤਾ, ਤੁਸੀਂ ਵੀ ਕਹਿ ਦੋ ਮੈਨੂੰ ਨਹੀਂ ਪਤਾ। ਮੇਰੇ ਤਾਂ ਆਪਣੀ ਜੀ ਚਿੱਠੀ ਲੀਕ ਹੋਈ ਹੈ, ਲੀਕ ਕਰਵਾਈ ਗਈ ਇਹ ਦੱਸ ਦੋ। ਕੇਪੀ ਜੀ ਆਈ ਐਮ ਨੋਟ ਪਾਰਟ ਆਫ ਦੀ ਗਵਰਨਮੈਂਟ, ਇਹਦੇ 'ਚ ਤਾਂ ਮੇਰੇ ਖਿਆਲ ਨਾਲ। ਚਲੋ ਮੈਂ ਬ੍ਰੇਕ ਲਊਂਗਾ, ਬ੍ਰੇਕ 'ਚ ਪੁੱਛ ਲਿਓ ਫੋਨ ਕਰਕੇ। ਨਹੀਂ ਦੇਖੋ ਜੀ ਇਹ ਗਵਰਨਮੈਂਟ ਦੀ ਫੰਕਸ਼ਨੈਲਿਟੀ ਦਾ ਜਵਾਬ ਹੀ ਦੇਖੋ ਪਿਆ ਇਹਨੇ ਪਹਿਲਾਂ ਹੀ ਕਹਿ ਚੁੱਕੇ ਨੇ। ਦੇਖੋ ਪ੍ਰਗਟ ਸਿੰਘ ਜੀ ਆਪ ਹੀ ਕਲੀਅਰ ਕਰ ਚੁੱਕੇ ਵੀ ਇੱਕ ਚਿੱਠੀ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਭੇਜੀ, ਇੱਕ ਸੋਨੀਆ ਗਾਂਧੀ ਨੂੰ ਭੇਜੀ, ਇੱਕ ਜਾਖੜ ਸਾਹਿਬ ਨੂੰ ਭੇਜੀ। ਸੋ ਤਿੰਨਾਂ ਤੋਂ ਕਿਸੇ ਨੇ ਲੀਕ ਕੀਤੀ ਹੈ, ਹੁਣ ਇਹ ਕਾਂਗਰਸ ਪਾਰਟੀ 'ਚ ਲੀਕ ਹੋਈ ਹੈ ਤਾਂ ਸਾਡਾ ਤਾਂ ਫਿਰ ਠੀਕ ਹੈ ਤਾਂ ਇਟਸ 올ਰਾਈਟ। ਚਲੋ ਅਸੀਂ ਡਿਨਾਈ ਤਾਂ ਨਹੀਂ ਕਰਦੇ, ਪਾਰਟੀ ਨੇ ਕਹਿੰਦੇ ਆ ਸਾਡੀ ਪਾਰਟੀ ਨੇ ਲੀਕ ਕਰਵਾਈ ਹੈ। ਕੇਪੀ ਜੀ ਪਾਰਟੀ ਨੇ ਨਹੀਂ ਲੀਕ ਕਰਾਈ, ਮੈਂ ਕਹਿੰਦਾ ਅਸੀਂ ਕਹਿੰਦੇ ਵੀ ਸਾਡੀ ਪਾਰਟੀ 'ਚ ਸਾਨੂੰ ਮੈਨੂੰ ਇਸ ਚੀਜ਼ ਦਾ ਫਕਰ ਹੈ ਵੀ ਸਾਡੀ ਪਾਰਟੀ 'ਚ ਚਿੱਠੀਆਂ ਲੀਕ ਕਰਦੀ ਹੈ। ਇੰਟਰਨਲ ਡੈਮੋਕ੍ਰੇਸੀ ਹੈਗੀ, ਇੱਕ ਐਮਐਲਏ ਇੰਨਾ ਇੰਪਾਵਰ ਹੈ ਕਿ ਉਹ ਆਪਣੀ ਪਾਰਟੀ ਦੇ ਮੁੱਖ ਮੰਤਰੀ ਨੂੰ ਪੁੱਛ ਸਕਦਾ ਵੀ ਭਾਈ ਵਾਅਦਿਆਂ ਦਾ ਕੀ ਕੀਤਾ। ਠੀਕ ਹੈ ਨੀਲਗਰ ਸਾਹਿਬ ਇੱਕ ਡਾਕੂਮੈਂਟਡ ਜਿਹੜੀ ਚੀਜ਼ ਹੁੰਦੀ ਉਹ ਆਪਣੇ ਆਪ ਵਿੱਚ ਬਹੁਤ ਵੱਡਾ ਸਬੂਤ ਹੁੰਦੀ ਹੈ। ਪਰ ਪ੍ਰਗਟ ਸਿੰਘ ਹਰਾਂ ਕੋਲ ਜਦੋਂ ਮੀਡੀਆ ਜਾਂਦਾ ਪ੍ਰਗਟ ਸਿੰਘ ਹਰੀ ਕਹਿੰਦੇ ਆ ਕਿ ਮੈਂ ਇਸ ਮੁੱਦੇ 'ਤੇ ਜੋ ਬੋਲਣਾ ਸੀ ਜੋ ਲਿਖਣਾ ਸੀ ਲਿਖਤਾ, ਹੁਣ ਮੈਂ ਸਮਾਂ ਉਹਨਾਂ 'ਤੇ ਬੋਲੂੰਗਾ, ਇਹਦਾ ਮਤਲਬ ਕੀ ਹੈ? ਪ੍ਰਗਟ ਸਿੰਘ ਬੋਲਣਾ ਕਿਉਂ ਨਹੀਂ ਚਾਹ ਰਹੇ? ਜੋ ਉਹਨਾਂ ਨੇ ਲਿਖਿਆ ਬੋਲ ਵੀ ਦੇਣ, ਕਿਉਂ ਚਿੱਠੀ ਡਰਾਫਟ ਉਹਨਾਂ ਨੇ ਖੁਦ ਨਹੀਂ ਕੀਤੀ? ਦੇਖੋ ਇਹ ਚਿੱਠੀ ਕਿੰਨੇ ਡਰਾਫਟ ਕੀਤੀ, ਕਿੰਨੇ ਲੀਕ ਕੀਤੀ, ਇਹ ਮਾਇਨੇ ਰੱਖਦਾ ਹੀ ਨਹੀਂ ਹੈ। ਨਾ ਇਹ ਮਾਇਨੇ ਰੱਖਦਾ ਹੈ ਕਿ ਫੀਲਡਿੰਗ ਜਿਹੜਾ ਜਾਖੜ ਸਾਹਿਬ ਕਰ ਰਹੇ ਨੇ, ਸਿੱਧੂ ਸਾਹਿਬ ਕਰ ਰਹੇ ਨੇ ਜਾਂ ਹਾਈ ਕਮਾਂਡ ਕਰ ਰਿਹਾ। ਮਾਇਨੇ ਇਹ ਰੱਖਦਾ ਵੀ ਜਿਹੜੇ ਉਹਨਾਂ ਨੇ ਮੁੱਦੇ ਚੁੱਕੇ ਨੇ ਉਹ ਸਹੀ ਨੇ ਜਾਂ ਗਲਤ ਨੇ, ਸਭ ਤੋਂ ਇੰਪੋਰਟੈਂਟ। ਦੂਸਰੀ ਗੱਲ, ਦਿੱਲੀ ਦੀ ਇਲੈਕਸ਼ਨ ਨੇ ਜਿਹੜੀ ਹੁਣੇ ਹੋ ਕੇ ਹਟੀ ਹੈ, ਇੱਕ ਨਵਾਂ ਨੈਰੇਟਿਵ ਜਿਹੜਾ ਹੈਗਾ ਹਿੰਦੁਸਤਾਨ ਦੇ ਵਿੱਚ ਸੈੱਟ ਕਰਤਾ। ਇਹ ਚਿੱਠੀ ਤਾਂ 2 ਮਹੀਨੇ ਪਹਿਲਾਂ ਦੀ ਹੈ, ਮੈਨੂੰ ਪਤਾ ਜੀ ਕ੍ਰੈਡਿਟ ਲਓਗੇ, ਮੈਂ ਤਾਂ ਹੀ ਤਰੀਕ ਲੈ ਕੇ ਬੈਠਾ ਹੋਇਆ ਸੀ, ਮੈਨੂੰ ਪਤਾ ਸੀਗਾ। ਤੁਹਾਡੇ ਤਰੀਕ ਨਾਲ ਕੋਈ ਫਰਕ ਨਹੀਂ ਪੈਂਦਾ। ਮੈਨੂੰ ਮੈਂ ਤਾਂ ਪਹਿਲਾਂ ਕਹਿਣਾ ਦੀ ਇਲੈਕਸ਼ਨ ਵੀ ਜ਼ਿਆਦਾ ਫਰਕ ਨਹੀਂ ਪੈਂਦਾ। ਮੈਂ ਤਾਂ ਪਹਿਲੇ ਕਹਿਣਾ ਵਿਰੋਧੀਆਂ ਤਾਂ ਹਾਕੀ ਫੜਾਤੀ ਉਹਨਾਂ ਨੇ। ਸੁਣ ਮੈਨੂੰ ਗੱਲ, ਬੋਲੋ ਇਹ ਤੁਹਾਡੇ ਤਰੀਕਾ ਨਾਲ ਫਰਕ ਨਹੀਂ ਪੈਂਦਾ। ਆ ਤਰੀਕ ਲਿਖੀ ਹੈ ਉਹਨਾਂ ਨੇ, ਲਿਖੀ ਹੈ 24/12/2019। ਜਦੋਂ ਉਸ ਦਾ ਰਿਮਾਈਂਡਰ ਗਿਆ ਲੀਕ ਉਦੋਂ ਹੋਈ ਚਿੱਠੀ ਹੈ, ਜਦੋਂ ਰਿਮਾਈਂਡਰ ਗਿਆ ਲੀਕ ਉਦੋਂ ਹੋਈ ਜਦੋਂ ਦਿੱਲੀ ਦਾ ਰਿਜ਼ਲਟ ਆ ਗਿਆ। ਇਸ ਕਰਕੇ ਕਿਉਂਕਿ ਪੂਰੀ ਦੀ ਤੁਸੀਂ ਕਰਾਈ ਸਰਕਾਰ ਨੂੰ ਜਿਹੜਾ ਪਤਾ ਹੈਗਾ ਕਿ ਇਹਨਾਂ ਦਾ ਹਾਲਾਤ ਜਿਹੜੇ ਦਿੱਲੀ ਵਾਲੇ ਹੋ ਜਾਣਗੇ। ਪ੍ਰਗਟ ਸਿੰਘ ਤੁਹਾਡੇ ਟੱਚ ਕੇ ਰੌਲਾ ਪਾਣਾ ਬਹੁਤ ਜ਼ਰੂਰੀ ਹੈ। ਪ੍ਰਗਟ ਸਿੰਘ ਹਰੀ ਤੁਹਾਡੇ ਟੱਚ ਵਿੱਚ, ਮੈਂ ਤੁਹਾਨੂੰ ਕਿਉਂ ਦੱਸਾਂ ਤੁਹਾਡੇ ਸਿੱਧੂ ਸਾਹਿਬ ਤੁਹਾਡੇ ਮੈਂ ਕਿਉਂ ਦੱਸਾਂ ਤੁਹਾਡੇ ਚੈਨਲ ਵਕਤ ਤੁਸੀਂ ਵੈਸੇ ਆਫਰ ਕਰਦੇ ਪਏ ਉਹਨਾਂ ਨੂੰ ਵਕਤ ਤੋਂ ਤੇ ਦੱਸਦੇ ਵੈਸੇ ਆਫਰ ਕਰਦੇ ਪਏ ਅਸੀਂ ਤੇ ਹਰ ਉਸ ਇਨਸਾਨ ਨੂੰ
ਜਿਹੜਾ ਕਿ ਪੰਜਾਬ ਦੇ ਹਿਤੈਸ਼ੀ ਨੇ, ਪੰਜਾਬ ਦੇ ਹਿਤੈਸ਼ੀ ਨੇ, ਅਸੀਂ ਤਾਂ ਹਰ ਉਸ ਬੰਦੇ ਨੂੰ ਆਫਰ ਕਰਦੇ, ਸਿੱਧੂ ਨੂੰ ਕੀਤਾ ਸੀਗਾ ਕੇਜਰੀਵਾਲ ਨੇ, ਸਾਰਿਆਂ ਨੂੰ ਆਫਰ ਕਰਦੇ ਆ, ਤੁਹਾਨੂੰ ਵੀ ਆਫਰ ਕਰਦੇ ਆ, ਤੁਸੀਂ ਆਓ ਬਹੁਤ ਅੱਛੇ ਇਨਸਾਨ ਹੋ, ਸਾਡੀ ਪਾਰਟੀ 'ਚ ਆਓ। ਲਓ ਮਨਜੀਤ ਸਿੰਘ ਜੀ ਤੁਸੀਂ ਵਾਪਸ ਚਲ ਜਾਓ ਦੁਬਾਰਾ। ਨਹੀਂ ਮੈਂ ਤੁਹਾਨੂੰ ਵੀ ਕਹਿ ਰਿਹਾ, ਤੁਹਾਨੂੰ ਵੀ ਕਹਿ ਰਿਹਾ ਕਿ ਵੀ ਜੀ ਸਾਡਾ ਤੇ ਉਹਨਾਂ ਨੇ ਦੇਖ ਲਿਆ ਸਵਾਦ, ਸਾਨੂੰ ਨਹੀਂ ਕਹਿੰਦੇ ਹੁਣ। ਹਾਂ ਪ੍ਰੋਫੈਸਰ ਮਨਜੀਤ ਸਿੰਘ, ਹਾਂਜੀ, ਸਵਾਲ ਇਹ ਹੈਗਾ ਕਿ ਇੱਕ ਕੰਪਨੀ ਦੇ ਵਿੱਚ ਜਦੋਂ ਸ਼ਿਕਾਇਤਾਂ ਜਾਂਦੀਆਂ ਜਾਂ ਮੈਨੂੰ ਸਿਆਸੀ ਜਿਹੜੇ ਪਾਰਟੀਆਂ ਹੈਗੀਆਂ ਉਹ ਕਿਵੇਂ ਇਸ ਤਰੀਕੇ ਨੂੰ ਟੈਕਲ ਕਰਦੇ, ਮੈਨੂੰ ਥੋੜ੍ਹਾ ਸਮਝਾ ਦਿਓ ਤੁਸੀਂ। ਜਦੋਂ ਕਿਸੇ ਕੰਪਨੀ ਦੇ ਵਿੱਚ ਕਿਸੇ ਬੰਦੇ ਨੂੰ ਨੁਕਰੇ ਲਾਉਣਾ ਹੁੰਦਾ, ਉਹਦਾ ਰਿਕਾਰਡ ਤਿਆਰ ਕੀਤਾ ਜਾਂਦਾ, ਉਹਦੇ ਖਿਲਾਫ਼ ਸ਼ਿਕਾਇਤਾਂ ਕਿਹੜੀਆਂ ਕਿਹੜੀਆਂ ਆਉਂਦੀਆਂ, ਉਹ ਸ਼ਿਕਾਇਤਾਂ ਦੇ ਇੱਕ ਰਿਕਾਰਡ ਤਿਆਰ ਕਰਕੇ ਉਸ ਤੋਂ ਬਾਅਦ ਉਹਨੂੰ ਬੁਲਾਇਆ ਜਾਂਦਾ, ਫਿਰ ਉਹਦੇ ਸਾਹਮਣੇ ਸਾਰਾ ਰਿਕਾਰਡ ਰੱਖਿਆ ਜਾਂਦਾ ਅਤੇ ਵੀ ਭਾਈ ਆਹ ਤੇਰੀਆਂ ਸ਼ਿਕਾਇਤਾਂ ਦਾ ਕੀ ਜਵਾਬ ਹੈਗਾ। ਕੈਪਟਨ ਅਮਰਿੰਦਰ ਸਿੰਘ ਦੀਆਂ ਸ਼ਿਕਾਇਤਾਂ ਇਸ ਤੋਂ ਪਹਿਲਾਂ ਵੀ ਹੋ ਚੁੱਕੀਆਂ ਅਤੇ ਮੀਟਿੰਗਾਂ ਵੀ ਹੋ ਚੁੱਕੀਆਂ ਉੱਥੇ ਹਾਈਕਮਾਂ ਦੇ ਨਾਲ, ਉਸ ਤੋਂ ਬਾਅਦ ਜੋ ਕੈਪਟਨ ਅਮਰਿੰਦਰ ਸਿੰਘ ਬਾਹਰ ਆਉਂਦੇ ਆ, ਕੈਪਟਨ ਅਮਰਿੰਦਰ ਸਿੰਘ ਬਾਹਰ ਆ ਕੇ ਕੋਈ ਨਾ ਕੁਝ ਨਵਾਂ ਕਹਿੰਦੇ ਆ, ਅਤੇ ਜਦੋਂ ਕੋਈ ਨਵੀਂ ਟੀਮ ਬਣਦੀ ਹੈ ਉਹਦੇ 'ਚ ਕੈਪਟਨ ਸਾਹਿਬ ਦੇ ਬੰਦੇ ਹੁੰਦੇ ਸਾਰੇ। ਇਹ ਦੇਖੋ ਅਜੇ ਤੱਕ ਤਾਂ ਉਹਨਾਂ ਦਾ ਕਬਜ਼ਾ ਪੂਰਾ ਪਾਰਟੀ 'ਤੇ ਅਤੇ ਸਰਕਾਰ 'ਤੇ ਹੈਗਾ ਇਹਦੇ 'ਚ ਤਾਂ, ਪਰ ਜਿਹੜੇ ਬੰਦੇ ਸੈਟਿਸਫਾਈ ਨਹੀਂ ਹੈਗੇ, ਬੰਦੇ ਦਾ ਮਤਲਬ ਉਹਨਾਂ ਦੇ ਆਪਣੇ ਪਾਰਟੀ ਦੇ MLA ਵੀ, ਪਾਰਟੀ ਦੇ ਬੰਦੇ ਵੀ, ਅਤੇ ਸਾਰਾ ਪੰਜਾਬ ਵੀ, ਵੱਡਾ ਹਿੱਸਾ ਪੰਜਾਬ ਦਾ, ਬਿਲਕੁਲ ਕਿਸੇ ਕਿਸਮ ਦਾ ਇਹਨਾਂ ਦੀ ਪਰਫਾਰਮੈਂਸ ਤੋਂ ਸੈਟਿਸਫਾਈ ਨਹੀਂ। ਉਹਦਾ ਹੁਣ ਜਿਵੇਂ ਜਿਵੇਂ ਪ੍ਰੈਸ਼ਰ ਵਧੀ ਜਾ ਰਿਹਾ ਹੈ, ਮੇਰਾ ਖਿਆਲ ਹੈ ਕਿ ਉਹਨਾਂ ਦੇ ਆਪਣੇ ਜਿਨ੍ਹਾਂ ਨੂੰ ਆਪਣੀ ਟੀਮ ਕਹਿੰਦੇ ਆ ਉਹ ਵੀ ਤਿੱਤਰ ਬਿੱਤਰ ਹੋ ਗਏ। ਪੰਕਜ ਸਿੰਘ ਹਰਾ ਨੂੰ ਕਿਤੇ ਰੋਸ ਤਾਂ ਨਹੀਂ ਹੈਗਾ, ਉਹਨੂੰ ਸਪੋਰਟਸ ਮਿਨਿਸਟਰ ਨਹੀਂ ਬਣਾਇਆ? ਮੈਨੂੰ ਨਹੀਂ ਲੱਗਦਾ, ਮੈਂ ਇੱਕ ਸਵਾਲ ਦਾ ਨਹੀਂ ਲੱਗਦਾ ਕਿ ਉਹ ਐਡੇ ਵੱਡੇ ਮੁੱਦੇ, ਐਡਾ ਵੱਡਾ ਰਿਸਕ, ਤਰੀਕਾ ਹੀ ਨਹੀਂ ਇਹ ਉਹਨਾਂ ਨੂੰ ਜਿਹੜੀ ਮਿਨਿਸਟਰਸ਼ਿਪ ਲੈਣ ਲਈ ਜਾਂ ਕੋਈ ਸਪੋਰਟਸ ਮਿਨਿਸਟਰੀ ਲੈਣ ਲਈ ਇਹ ਕੋਈ ਤਰੀਕਾ ਹੀ ਨਹੀਂ। ਇੰਨਾ ਉਹਨਾਂ ਨੂੰ ਵੀ ਪਤਾ, ਇੰਨੇ ਮਚਿਓਰ ਨਹੀਂ ਹੈਗੇ, ਤੁਸੀਂ ਉਹ ਵੀ ਕੈਪਟਨ ਰਹੇ ਹੋ, ਕੈਪਟਨ ਵਰਸਿਸ ਕੈਪਟਨ ਚੱਲ ਰਿਹਾ ਇਸ ਵੇਲੇ, ਇੱਕ ਫੌਜ ਦੇ ਕੈਪਟਨ ਰਹੇ ਆ, ਇੱਕ ਹਾਕੀ ਦੇ ਕੈਪਟਨ ਰਹੇ ਆ, ਇਸ ਕਰਕੇ ਇਸ ਕੈਪਟਨ ਦੀ ਆਪਸੇ ਮੁਕਾਬਲੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਉਹ ਇੰਨਾ ਬਚਪਨੇ ਵਾਲੀ ਕੋਈ ਗੱਲ ਇਹੋ ਜਿਹੀ ਕਰਨਗੇ। ਨਾਲੇ ਹਰ ਇੱਕ ਜਿਹੜਾ ਵੀ ਬੰਦਾ ਪਾਰਟੀ ਪੋਲੀਟਿਕਸ ਦੇ ਵਿੱਚ, ਉਹਨੂੰ ਇਹ ਪਤਾ ਹੁੰਦਾ ਕਿ ਸੱਤਾ ਦੇ ਨਾਲ ਰਹਿ ਕੇ ਮਿਨਿਸਟਰੀਆਂ ਮਿਲਦੀਆਂ, ਸੱਤਾ ਦੇ ਵਿਰੁੱਧ ਚਿੱਠੀਆਂ ਲਿਖ ਕੇ ਥੋੜ੍ਹੀ ਮਿਲਦੀਆਂ। ਇਸ ਕਰਕੇ ਇਹ ਕਿਹੜਾ ਤਰੀਕਾ ਹੋਇਆ, ਇਹ ਨਹੀਂ ਹੈਗਾ, ਬਿਲਕੁਲ ਹੀ ਨਹੀਂ ਹੈਗਾ। ਰਾਧਰ ਉਹਨਾਂ ਦਾ ਜਿਹੜਾ ਸਦਨ ਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ, ਪ੍ਰਗਟ ਸਿੰਘ ਹਰਾ ਨੇ ਸਪੋਰਟਸ ਮਿਨਿਸਟਰ 'ਤੇ ਸਵਾਲ ਚੁੱਕੇ ਸੀ ਕਿ ਸਪੋਰਟਸ ਡਿਪਾਰਟਮੈਂਟ ਕੋਲ ਖਿਡਾਰੀਆਂ ਨੂੰ ਦੇਣ ਵਾਸਤੇ ਨਿੱਕਰ ਜੋ ਕੇ ਪੈਸੇ ਨਹੀਂ ਹੈਗੇ। ਨਹੀਂ ਇਹ ਕਿਉਂ ਨਹੀਂ ਚੁੱਕਣਗੇ? ਜੇ ਹੁਣ ਉਹ ਕੈਪਟਨ ਸਾਹਿਬ ਦੇ ਚੁੱਕ ਸਕਦੇ ਆ ਤਾਂ ਸਪੋਰਟਸ ਮਿਨਿਸਟਰ ਦੇ ਵੀ ਚੁੱਕਣਗੇ। ਹੁਣ ਇਸ ਗੱਲ ਦੇ ਕਿਸੇ ਨੇ ਇਹ ਅਰਥ ਕੱਢ ਲੈਣੇ ਆ, ਕਿਉਂਕਿ ਦੇਖੋ ਉਹ ਸਪੋਰਟਸਮੈਨ ਹੈ, ਉਹਨਾਂ ਦਾ ਦਰਦ ਹੈਗਾ, ਉਹਨਾਂ ਨੂੰ ਲੋਕ ਪੁੱਛਦੇ ਵੀ ਹੋਣਗੇ ਵੀ ਇਹ ਕੀ ਕੀਤਾ ਤੁਸੀਂ ਸਪੋਰਟਸ ਮਿਨਿਸਟਰ ਉਸ ਨੂੰ ਬਣਾਉਂਦੇ, ਉਹਨਾਂ ਨੂੰ ਲੋਕ ਕਹਿੰਦੇ ਹੋਣਗੇ ਕਿ ਜਿਹੜਾ ਕਰਦੇ। ਪਰ ਬੰਦਾ ਜੇ ਤੁਸੀਂ ਕਹੋਗੇ ਇਹੋ ਜਿਹੀਆਂ ਗੱਲਾਂ ਚਿੱਠੀਆਂ ਲਿਖ ਕੇ, ਕੋਈ ਇਹੋ ਜਿਹੀਆਂ ਚਿੱਠੀਆਂ ਲਿਖ ਕੇ ਜਿਹੜੀਆਂ ਇੰਨੀਆਂ ਸਖਤ ਹੋਣ, ਯਾਨੀ ਕਿ ਪ੍ਰਗਟ ਸਿੰਘ ਦੀ ਚਿੱਠੀ ਵੀ ਤੁਹਾਨੂੰ ਕੋਈ ਨਿੱਜੀ ਮਫਾਦ ਵਾਲੀ ਕੋਈ ਗੱਲ ਨਹੀਂ ਲੱਗਦੀ ਹੈ, ਬਿਲਕੁਲ ਨਹੀਂ ਲੱਗਦੀ ਮੈਨੂੰ। ਰਾਧਰ ਇਹ ਉਹ ਲੋਕਾਂ ਦੀ, ਸਾਰਿਆਂ ਦੀ ਆਵਾਜ਼ ਲੱਗਦੀ ਹੈ ਜਿਹੜੇ ਦਿੱਲੀ ਤੋਂ ਲੈ ਕੇ ਪੰਜਾਬ ਦੇ ਪਿੰਡਾਂ ਤੱਕ ਲੋਕ ਪਰੇਸ਼ਾਨ ਹੈਗੇ ਆ, ਉਹਨਾਂ ਸਾਰਿਆਂ ਦੀ ਆਵਾਜ਼ ਨੂੰ ਰਿਪ੍ਰੈਜ਼ੈਂਟ ਕਰਦੇ, ਉਹਨਾਂ ਦੀ ਨੁਮਾਇੰਦਗੀ ਕਰਦੇ, ਵਿੱਚੇ ਨਵਜੋਤ ਸਿੰਘ ਸਿੱਧੂ ਦੀ ਨੁਮਾਇੰਦਗੀ ਕਰਦੇ ਹੋਏ ਚਿੱਠੀ ਹੈਗੀ ਹੈ। ਮੈਂ ਤਾਂ ਇਹਨੂੰ ਠੀਕ ਕਲੀਅਰ ਸਾਹਿਬ, ਮੈਂ ਬ੍ਰੇਕ ਲੈਣੀ, ਬ੍ਰੇਕ 'ਤੇ ਜਾਣ ਤੋਂ ਪਹਿਲਾਂ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ। ਤੁਹਾਨੂੰ ਤਾਂ ਪ੍ਰਗਟ ਸਿੰਘ ਹਰਾਂ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਕਿ ਜਲੰਧਰ ਚੋਣੀ ਹੈ ਜਿੱਥੋਂ ਇਹ ਬਗਾਵਤ ਦੀ ਆਵਾਜ਼ ਉੱਠਦੀ ਹੈ, ਅਕਾਲੀ ਦਲ ਵੀ ਉਹਦਾ ਸੇਕ ਚੱਲ ਚੁੱਕਿਆ, ਇਸ ਲਈ ਤੁਸੀਂ ਬੋਲਦੇ ਨਹੀਂ ਪਏ। KP ਜੀ, ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੇ ਨਾਲ ਖੜਾ, ਔਰ ਇੱਕ ਪ੍ਰਗਟ ਸਿੰਘ ਜੀ ਦੇ ਇਲਜ਼ਾਮ ਨਹੀਂ, ਲੋਕ ਖੁਦ ਸੜਕਾਂ ਦੇ ਉੱਤੇ ਨੇ, ਜਿੱਦਾਂ ਤੁਸੀਂ ਦੇਖਿਆ ਕਿ ਪ੍ਰਗਟ ਸਿੰਘ ਹਰਾਂ ਦੇ ਨਾਲ ਅਕਾਲੀ ਦਲ ਸਟੈਂਡ ਕਰਦੇ ਆ, ਰੈਲੀਆਂ ਲੜ ਰਹੇ ਆ। ਕਲੀਅਰ ਸਾਹਿਬ, ਲੋਕ ਮੁੱਦਿਆਂ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਚੱਕ ਰਿਹਾ। ਕਲੀਅਰ ਸਾਹਿਬ, ਪ੍ਰਗਟ ਸਿੰਘ ਹਰਾਂ ਦੇ ਨਾਲ ਤੁਸੀਂ ਸਟੈਂਡ ਕਰਦੇ ਹੋ ਨਹੀਂ, ਕਿਉਂਕਿ ਪ੍ਰਗਟ ਸਿੰਘ ਹਰਾਂ ਨੂੰ ਤੁਸੀਂ ਤੁਸੀਂ ਬੜਾ ਨੇੜੇ ਨੇੜੇ ਰੱਖਿਆ, ਕਬੱਡੀ ਕੱਪ ਵੀ ਉਹਨਾਂ ਤੋਂ ਕਰਵਾਇਆ, ਕਮਿਸ਼ਨਰ ਬਣਾਇਆ ਸੀ ਉਹਨਾਂ ਨੂੰ, ਹੁਣ ਪ੍ਰਗਟ ਸਿੰਘ ਤੋਂ ਤੁਹਾਨੂੰ ਤਕਲੀਫ ਕਿਉਂ ਹੋ ਗਈ? ਪ੍ਰਗਟ ਸਿੰਘ ਤਾਂ ਜੇ ਸੱਚੀ ਗੱਲ ਕਰਦੇ ਨਾਲ ਖੜੇ ਹੋ ਜਾਓ। ਸਾਨੂੰ ਪ੍ਰਗਟ ਸਿੰਘ ਤੋਂ ਕੋਈ ਤਕਲੀਫ ਨਹੀਂ, ਅਸੀਂ ਕਹਿੰਦੇ ਆ ਕਿ ਜਿਹੜੀ ਹੁਣ ਉਹ ਆਵਾਜ਼ ਚੱਕ ਰਹੇ ਨੇ ਉਹ ਗੱਲਾਂ ਸਹੀ ਨੇ, ਸਹੀ ਕਹਿ ਰਹੇ ਆ। ਗੱਲ ਇਹ ਹੈਗੀ ਹੈ ਕਿ ਜੋ ਅੱਜ ਉਹ ਗੱਲਾਂ ਕਹਿ ਰਹੇ ਨੇ, 3 ਸਾਲ ਬਾਅਦ ਕਹਿ ਰਹੇ ਨੇ, ਬਰਾਬਰ ਦੇ ਭਾਗੀਦਾਰ ਇਹ ਵੀ ਰਹੇ ਨੇ। ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਪ੍ਰਗਟ ਸਿੰਘ ਜੀ ਜਦੋਂ ਵਾਅਦੇ ਲੰਬੇ ਲੰਬੇ ਕਾਂਗਰਸ ਕਰ ਰਹੀ ਸੀ ਇਹ ਵੀ ਵਿੱਚੇ ਸੀ ਉਹ। ਕਲੀਅਰ ਸਾਹਿਬ, ਉਹਨਾਂ ਨੇ ਇੱਕ ਗੱਲ ਇਹ ਵੀ ਕੀ, ਚੋਣਾਂ ਤੋਂ ਪਹਿਲਾਂ ਬਾਦਲਾਂ ਦਾ ਬੱਸ ਟਰਾਂਸਪੋਰਟ ਸਾਮਰਾਜ ਵੱਡਾ ਮੁੱਦਾ ਸੀ, ਆਪਣੀ ਸਰਕਾਰ 2.5 ਸਾਲ ਬੀਤ ਜਾਣ ਦੇ ਬਾਅਦ ਵੀ ਉਹਨਾਂ ਦਾ ਕਬਜ਼ਾ ਟੁੱਟਣ ਤੱਕ ਹੀ ਸੀ, ਸਗੋਂ ਨਾ ਜਲੰਧਰ ਦਿੱਲੀ ਏਅਰਪੋਰਟ ਰੂਟ ਤੇ ਏਕ ਅਧਿਕਾਰ ਹੋ ਗਿਆ, ਇਹ ਵੀ ਸਹੀ ਕਹਿ ਰਹੇ ਹਾਂ? ਨਹੀਂ, ਮੈਂ ਫਿਰ ਦੁਬਾਰਾ ਕਹਿਣਾ ਕਿ ਪ੍ਰਗਟ ਸਿੰਘ ਜੀ ਜੋ ਜਿਹੜੀਆਂ ਗੱਲਾਂ ਪ੍ਰਗਟ ਸਿੰਘ ਜੀ ਪਹਿਲਾਂ ਇਲੈਕਸ਼ਨ ਦੇ ਦੌਰਾਨ ਵੀ ਕਰਦੇ ਰਹੇ ਨੇ, ਵਾਅਦੇ ਵੂਦੇ ਜੋ ਕੀਤੇ ਨੇ, ਪ੍ਰਗਟ ਸਿੰਘ ਜੀ ਨਾਲ ਸੀ ਕਾਂਗਰਸ ਦੇ ਅਮਰਿੰਦਰ ਸਿੰਘ ਦੇ, ਅੱਜ ਉਹਨਾਂ ਤੇ ਸਵਾਲ ਚੱਕ ਰਹੇ ਨੇ ਤਾਂ ਪ੍ਰਗਟ ਸਿੰਘ ਜੀ ਖੁਦ ਜਵਾਬ ਦੇ ਨੇ। ਪ੍ਰਗਟ ਸਿੰਘ ਆਪਣੀ ਅਕਾਲੀ ਦਲ ਲੋਕ ਹਿੱਤਾਂ ਦੀ ਆਵਾਜ਼ ਚੱਕਣ
सवाल यह भी हैगा हल्के विधायकों ने विचरना हों विधायकों तो सवाल पूछे जाते हैं तुम साढ़े हल्के लिए की कर रहे हो जो वोटा आनगियां उदो सवाल व्डे हो जाएंगे इसलिए शायद ये सवाल पहला खड़े करने भी लाजमी है कि साढ़े हल्किया कुछ ना कुछ दो नहीं तो लोग इतों बिस्तरा गोल कर देंगे। ब्रेक तो वापस आ रहे हैं। सवाल एक पूछ रहे बड़ा सवाल असं पूछ रहे हैं दिल्ली दरबार कैप्टन की शिकायतों का किहड़ा चिट्ठा तैयार कर रहे हैं। प्रसमजीत सिंह एक चिट्ठी के जी उन्होंने गल लिखी उन्होंने असं नज़रअंदाज नहीं कर सकते। उन्होंने कहा कि भ्रष्टाचार खत्म करने का साड़ी सरकार का वादा सीगा। उन्होंने 2000 to 2007 के विचाले पंजाब लोक सेवा कमिशन में फैले भ्रष्टाचार का जिक्र किया कैप्टन अमरिंदर सिंह उसकी प्राप्ति दस्या तो हूँ कैप्टन अमरिंदर सिंह तो सवाल पूछ रहा है कि सिंचाई विभाग का घोटाला उन्हें जांच गुरिंदर सिंह तो अगे क्यों नहीं बढ़ रही। उन्होंने फैक्ट्स के नाल गल की है। नहीं नहीं बिल्कुल बिल्कुल ठीक है। यदा मतलब तो यह है कि ना कि जी तुसी सारे सारिया विरोधी खासकर आम आदमी पार्टी भी लगातार गल दोष लाती रही है कि एक जी राजनीतिक जमात है इतने की पुरानी रूलिंग जी पार्टियां तो होने वाली रूलिंग पार्टियां कितने ना कि लीडर का पार्टियां का नहीं मैं कह रहा लीडर का कोई आंढ सांढ जी हो जाती जिदे करके गड्डी अगे तुरदी नहीं है। और ये एक नवी चीज़ जी राजनीति आई है कि दिल्ली वालों का दबाव वो इन्ना ज़्यादा है कि हर बंदा दबाव लै रहा वो अकाली दल के जो मुख लीडर है उन्होंने भी है कि जे असी सच न सच उस तरीके कह लग जाइए जो 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 पिछे होया सारा कुछ सारा देश सड़कों के उत्ते और घट गिनती पार्टी है इनू अजे उस किस्म जो आना चाहिए इस मैदान से जितना एमरजेंसी के दौरान आए से नहीं आए इस करके कि ना कि हर कोई दबावों के थले काम कर रहा तो कैप्टन साहब तो जो लगातार ये नॉन परफॉर्मेंस का एक कारण मैं बड़ा यह भी समझदा कि जेडे दिल्ली के उत्तों किसी ना किसी किस्म का कुंडा जा कित ना कि कुरकी जा कुछ ना कुछ जरूर दिल्ली का मतलब यूनियन गौरमेंट की मैं गल कर रहा ना कि इन्हों की अपनी पार्टी का पर जे तुसी पार्टी बचाउणी है इको एक इत्थे तक फिर ऐ सीधा कह दो ना भी दोनों कैप्टन है जिहड़े एक हॉकी दे कैप्टन साबका कैप्टन ते एक मौजूदा कैप्टन दोनों कैप्टन दे खिलाफ है जां दोनों कैप्टन दे नाल दिल्ली ही खड़ी है सुनील जाखड़ ने तोड़ी है सुनील जाखड़ की आवाज नहीं तुसी सुनी उन्होंने भी नहीं तो यह बयान दिते बिल्कुल है बयान दे रहे हैं बिल्कुल कहा कि मैं तीन दिन इतने बैठा रहा मैनू नहीं चीफ मिनिस्टर टाइम दिता तो होर किसी की देना जो योजे बयान दे रहे हैं तो इस करके पूरी लॉबी दिल्ली तो लैके वाया सुनील जाखड़ ते नवजोत सिंह सिद्धू ते जिहड़े अपने प्रगट सिंह आ ये सारे चाहुंदे आ कि इत्थे कांग्रेस नूं बचाया जाए ते बचाया तां ही जा सकदा जिहड़े मुद्दे रेज कीते उहदे ते अमल कीता जाए जदके पता नहीं लंबी नींद सुत्ते पए कैप्टन साहब हाईकमान बोल्ड डिसीजन लैण दे विचाले कैप्टन अमरिंदर सिंह दे खिलाफ डरदी क्यों पई है। मैनू लगता कि उन्होंने अजे शायद इस गल का पूरा भरोसा नहीं है कि कैप्टन सारे MLA खड़नगे नाल कि नहीं खड़नगे खड़नगे या नहीं खड़नगे अदरवाइज भी जिन्ना क देखो ये तो जमा घटा हुंदा ही हुंदा वो हो सकता है इस गल की थोड़ी थोड़ी तैयारी वाली ये चिट्ठी कढ़ी होवे। अच्छा गुरमीत मांगट एक सवाल का जवाब बड़ा सीधा जे तुसी दे सकते हो जे तुसी नहीं दे सकते कह दिओ मैं नहीं जवाब देना सोनिया गांधी सुनील जाखड़ कैप्टन अमरिंदर सिंह ये चिट्ठी का जवाब कौन दूगा। देखो जी कैप्टन साहब नूं लिखी है कैप्टन साहब ही देणगे जी जिन्हों सीसी की थी उन्हें जवाब देना। देखो सीसी तो यह भी सीसी आप क्यों लिखते हैं सीसी आप इसे करके लिखते हैं भी जरा दूजा तुहाडे ध्यान हित हैगा मैं चिट्ठी लिखती दूजी गल ध्यान हित हैगा जिन्हों के ध्यान हित हैगा उन्होंने ध्यान दवाया कैप्टन साहब का नहीं। देखो मैं आई एम नॉट एनवी टू सच इनफॉर्मेशन बट मैं इतने थोड़ा जहा प्रोफेसर मनजीत सिंह जी की गलते गल कहना चाहना है। प्रोफेसर साहब देखो इदा आ भी साड़ी पार्टी एक बड़ी डेमोक्रेटिक उहदे नाल चलती है इतना ठीक है तुहानू लगता है भी तुसी एक एनालिस्ट हो भी तुहाडा अपना ओपीनियन हो सकता बट साड़ी पार्टी का जिहड़ा स्टैंड है वह बड़ा क्लीयर है असी लोक हित की गल करनी है ठीक है और इस लोक हित दे विच जो भी बेस्ट होएगा साड़ी पार्टी उहदे नाल ठीक है तुहाडी पार्टी बगावत नहीं हैगी बगावत मेरी गल सुनो के पी जी एक सिंपल जी गल है मैनू मेरे फादर का कोई मैं आप पार्टी की गल छो मैनू मेरे फादर का कोई डिसीजन सही नहीं लग्या तो मेरे को मतलब जे मैं उन्होंने आपका फादर समझता मेरे को हरेक राइट है भी डैड आ चीज़ सही नहीं हुई लाइकवाइज दूजी गल मैं फिर उही कहना चाहना ये एक सेंटर पॉइंट तो चलने वाली वेप वाली गल नहीं हैगी हरेक बंदा ठीक है करे 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 कुछ भी हो सकता है ਉਹਦੇ ਬਾਪ ਨੂੰ ਕਿਹਾ ਹੋ ਸਕਦਾ ਸਿੱਧੂ ਸਾਹਿਬ ਨੇ ਵੀ ਪਿਤਾ ਹੀ ਕਿਹਾ ਸੀ ਕੈਪਟਨ ਸਾਹਿਬ ਨੂੰ ਘਰ ਛੱਡ ਕੇ ਚਲੇ ਗਏ ਉਹ ਨਹੀਂ ਕਿਉਂ ਚੱਲ ਕੇ ਘਰ ਛੱਡਤਾ ਉਹਨਾਂ ਨੇ ਜਿਹੜੇ ਘਰ ਦੇ ਵਿੱਚ ਸਾਰੀ ਕੈਬਨਟ ਬੰਦੀ ਸੀਗੀ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਕਲੇ ਕਲੇ ਸਾਹਿਬ
वैसे परमिंदर ढींडसा का सवाल तुम लेना नहीं चाहोगे, पर परमिंदर ढींडसा कहते 25-30 सालों तो पंजाब सिर्फ दो परिवार ने चलती है, एक कैप्टन परिवार की दूजा बादल परिवार की, दोवें रले हुए हैं, पहला चल रहा है वो हुण भी चल रहा, तो इस तरह चलता रहना। परमिंदर ढींडसा हरां नूं की कहोगे, क्योंकि ढींडसा साहब तुहाडा भी हिस्सा रहे हैं, मतलब परमिंदर ढींडसा साहब की गल का अपने आप से कोई रेलेवेंस खत्म हो जाता है, उन्होंने ये सारिया गल्लां अज याद आई हैं, उन्होंने पिता ने इन्नी लंबी सियासत की 40-45 साल की, आप 20-25 साल की सियासत करन तो बाद हुण उस तो बाद 10 साल कैबिनेट मंत्री रहन तो बाद लैजिस्लेटिव पार्टी का लीडर लैन तो बाद अज पार्टी चो कढ के अगर उन्होंने ये गल्लां याद आईयां ने तां मैनूं लगदा कि उन्होंने अपनी क्रेडिबिलिटी ते आप ही सवालिया निशान ने, पहले वो आप ही दूर करन फिर अकाली दल ते सवाल चक्कण। नीलगढ़ साहब मैं एक लास्ट कमेंट तुहाडे तों लैणा, वैसे ब्रेक में डिस्कस हो गया सीगा पर सवाल मैं जरूर दर्शकों नाल सांझा करदा, जिहड़ा ब्रेक में भी आ जाता जदों दर्शक देख नहीं पा रहे होंगे, उहदे गल चल रही सी तुहाडे कोले आपदे कोई चेहरे आ भरोसे लायक, कोई चेहरा नहीं हैगा, तुसीं सिद्धू साहब ते कदे प्रगट भाई इहनां नूं आवाज़ां मारदे पए। देखो असी किसी कोई आवाज़ा नहीं मार रहे, साढ़े को चेहरे हैगे है, चेहरे आम आदमी पार्टी है, आम लोग ही साढ़े चे चेहरा सिद्धू साहब तो फिर मुख्यमंत्री चेहरे तो बिना आम आदमी ही साढ़े सर तुम सवाल किया तो मैंने जवाब दवा, मैं सिद्धू साहब वाला सवाल ही एड ऑन किया ना, मैं फिर मैंने जवाब दे दो, मैं ही कह रहा साढ़े को चेहर की कोई कमी नहीं, आम आदमी पार्टी आम लोगों की तर्जमानी करती है, आम लोग ही साढ़ा चेहरा है, और जितों तक अज के मुद्दे का सवाल हैगा सानू यह लगता हैगा जी कि जो चिट्ठी के शब्द भावें प्रगट सिंह के होन ये वो मुद्दे ने जोड़े असं लगातार पिछले 3 सालों तो बल्कि उस तो पहला तो उठाते आ रहे हैं कि माफिया जिहड़ा पंजाब दे विच ट्रांसपोर्ट माफिया, ड्रग माफिया, लैंड माफिया, सैंड माफिया जिहड़ा वो लगातार जिहड़ा है जा रहा चल रहा होगा, सरकारी खजाने की लुट खसुट हो रही है और पंजाब लगातार करजाई हो रहा, जदों तक ये निजाम ढाया नहीं जाता, ये चाहे दोनों परिवारों की जिहड़ियां सरकारां चलदियां ने इन्हां नूं ढाया नहीं जाता, उदों तक पंजाब दे विचों जिहड़ा हैगा ये माफिया खत्म नहीं हो सकता। आम आदमी पार्टी चिट्ठी है जां प्रगट सिंह की चिट्ठी है, चिट्ठी भावें ओहदी है पर मुद्दे साढ़े ने, मुद्दे साढ़े समझ नहीं सकते। लास्ट पॉइंट थोड़े मैं डिबेट खत्म कर लिया, देखो सवाल लास्ट मैं लेना चाहुंदा कि बजट इजलास दे विच की ये चिट्ठी का मुद्दा भी उठेगा, मैं तो यही गल ही कर लगा सीगा, चलो चंगा तुसीं उस सवाल के रूप च कर लिया, एक गल तो चंगी है कि प्रगट सिंह नूं कल नूं लोक ये नहीं कहणगे कि जदों बाहर किया जां कितों जदों खूंजे लगा होया सीगा उदों उहने बयान दिते, जदों विच सी उदों क्यों नहीं बयान दिते, यह गलत नहीं प्रगट सिंह नूं कोई कहू, जदों एन पार्टी दे विच आ MLA आ ते उदों उन्हें यह गल्लां चिट्ठियां लिखियां, ये तो गल एक उहदी होगी बहादरी की गल। रही गल एक निक्की जी गल भी जरूर है, बार बार कहिंदे कि साडे अंदर डेमोक्रेसी है इस करके बोले, मैं कहिंदा डेमोक्रेसी है ही नहीं, ताहीं बोलना पैंदा चिट्ठियां लिख लिख के, जे घर च मां हसबेंड वाइफ की वैसे गल चलती होवे तो फिर चिट्ठी थोड़ी लिखी दी है, फिर चिट्ठियां लिख के थोड़ी गल्लां करी दियां, जे अंदर डेमोक्रेसी होवे सारे MLA दियां गल्लां सुनियां जांदियां होण तो फिर चिट्ठी लिखण की लोड़ ही नहीं सी, फिर तो मीटिंगां च गल्लां होनियां चाहीदियां सी, क्योंकि कोई सुनदा नहीं है, क्योंकि डेमो ਕ੍ਰੇਸੀ ਅੰਦਰ ਨਹੀਂ ਰਹੀ, ਇਹੀ ਕਰ ਲਿਆ ਕਿ ਚਿੱਠੀਆਂ ਲਿਖ ਕੇ ਗੱਲਾਂ ਕਰਨੀਆਂ ਪੈਂਦੀਆਂ। ਜਿਹੜੇ ਤੁਹਾਡਾ ਸਵਾਲ ਆ ਕਿ ਇਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਿਹੜੀ ਬੜੀ ਅਨਟਾਈਮਲੀ ਕਹੋ ਜਾਂ ਟਾਈਮਲੀ ਕਹੋ, ਹੁਣ ਇਹਦੇ ਤੇ ਰਿਜ਼ਲਟ ਤੇ ਬਾਅਦ 'ਚ ਦੇਖਾਂਗੇ, 20 ਤਰੀਕ ਆ ਗਈ ਹੈ ਉਦੋਂ ਇਹਦਾ ਬੰਬ ਤੇ ਉੱਥੇ ਚੱਲੂ ਫਟੂ, ਇਹੀ ਗੱਲਾਂ ਹੋਣੀਆਂ, ਇਹ ਚਿੱਠੀ ਦੀ ਹੀ ਗੱਲ ਹੋਣੀ ਆ, ਹੁਣ ਸਵਾਲ ਇਹ ਹੈ ਕਿ ਉਹਦੇ 'ਚੋਂ ਕਿਹੜਾ ਕਿੰਨਾ ਕੁ ਅਨਸਕੇਥ ਨਿਕਲਦਾ ਅਤੇ ਕਿਹੜਾ ਕੁ ਜ਼ਖਮੀ ਹੋ ਕੇ ਨਿਕਲਦਾ, ਇਹ ਆਪਾਂ ਜਿਹੜਾ 2 ਦਿਨ ਦਾ ਸੈਸ਼ਨ ਚੱਲਣਾ ਉਹਦੇ 'ਚੋਂ ਬਾਅਦ 'ਚ ਹੀ ਦੇਖਾਂਗੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਐਨ ਅਮਨੂਸ਼ਨ ਜਿਹੜਾ ਅਮਨੂਸ਼ਨ ਜਿਹਨੂੰ ਕਹਿੰਦੇ ਆ ਮਸਾਲਾ ਜਿਹੜਾ ਉੱਥੇ ਅੰਦਰ ਸਵਾਲਾਂ ਦੀ ਝੜੀ ਜਿਹੜੀ ਕੈਪਟਨ ਦੇ ਵਿਰੁੱਧ ਲੱਗੂਗੀ ਆਪਣਿਆਂ ਵੱਲੋਂ ਅਤੇ ਦੂਸਰਿਆਂ ਵੱਲੋਂ, ਉਹ ਕੈਪਟਨ ਸਾਹਿਬ ਨੂੰ ਤਿਆਰ ਹੋ ਕੇ ਆਉਣਾ ਚਾਹੀਦਾ। ਚਲੋ ਬਹੁਤ ਧੰਨਵਾਦ ਪ੍ਰਸਮਜੀਤ ਸਿੰਘ ਤੁਹਾਡਾ, ਮੰਗਲ ਸਾਹਿਬ ਤੁਹਾਡਾ ਬਹੁਤ ਧੰਨਵਾਦ, ਕਲੇਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਕਲੇਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਪ੍ਰਗਟ ਸਿੰਘ ਹਰਾਂ ਦੀ ਹਾਕੀ ਦੇ ਵਿੱਚੋਂ ਬਾਲ ਨਿਕਲ ਚੁੱਕੀ ਹੈ, ਗੋਲ ਪੋਸਟ ਹੋਲ ਵੱਧਦੀ ਜਾ ਰਹੀ ਹੈ, ਗੋਲ ਪੋਸਟ 'ਤੇ ਖੜਾ ਕੌਣ ਹੈਗਾ ਸਵਾਲ ਇਹ ਵੀ ਹੈਗਾ, ਅਤੇ ਪ੍ਰਗਟ ਸਿੰਘ ਦੀ ਹਾਕੀ ਦੇ ਪਿੱਛੇ ਕੌਣ ਖੜਾ ਹੈਗਾ ਸਵਾਲ ਇਹ ਵੀ ਹੈਗਾ। ਪ੍ਰਗਟ ਸਿੰਘ ਇਹਨੂੰ ਜਨਤਾ ਦੀ ਆਵਾਜ਼ ਕਹਿੰਦੇ ਆ, ਪਰ ਜਨਤਾ ਦੀ ਆਵਾਜ਼ ਦੇ ਨਾਲ ਜੇ ਕੋਈ ਉਹਨਾਂ ਨੂੰ ਹਮਾਇਤ ਮਿਲਦੀ ਪਈ ਹੈ ਤਾਂ ਹਮਾਇਤ ਕਾਂਗਰਸ ਵਿੱਚੋਂ ਵੀ ਮਿਲਦੀ ਪਈ ਹੈ, ਇਸ ਸਵਾਲ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ, ਕਾਂਗਰਸ ਵਾਲੀ ਹਮਾਇਤ ਹੈ ਜਿਹੜੀ ਉਹ ਪ੍ਰਗਟ ਸਿੰਘ ਨਾਲ ਕਿੰਨੀ ਖੜਦੀ ਹੈਗੀ ਹੈ, ਕਦੋਂ ਤੱਕ ਖੜਦੀ ਹੈਗੀ ਹੈ ਸਵਾਲ ਇਹ ਵੀ ਹੈਗਾ, ਪਰ ਪ੍ਰਗਟ ਸਿੰਘ ਦੀ ਹਾਕੀ ਦੇ ਵਿੱਚੋਂ ਨਿਕਲੀ ਇਹ ਬਾਲ ਹੈ ਜਿਹੜਾ ਉਹਦਾ ਦਰਦ ਹੈ ਬਹੁਤ ਦੂਰ ਤੱਕ ਹੋਵੇਗਾ। ਬਹੁਤ ਧੰਨਵਾਦ।